परम सत्कार योग उपस्थित सास मिलियो मंत्री जी काका करने वास्ते रचना बेहतर कर रही सब माई माई गलतियां को तानी की सब प्रदार सास मिली जी आप सजना दे अधिक तुम परमान अमर तुझे दो इसके पास चली बावत बेहतर कर नाम पानी करके पानी कीता राजियां की मुखा पास हो मतलब चीजा लग जाता गंगा यमुना सरस्वती जो दो अगियां ना वो लग दया ने इलाहाबाद श्री गुरुगत है नाम ही उसे त्रिवेणी तब हम जात अगले लफ्ज पाते हैं त्रिवेणी कह दी अज एक जो महालक्ष्मी की पूजा अज तो शुरू हुई सतमी है अज छुरी पंद्रह के बहने जो जो कहीं करनी है तो करते अजे बड़े दिन पाए तो अगली सतमी में जा के खत्म होती है तो दूसरा विह अजे एक बटाले इतने नहीं नानक का विह अज होना जो उसे हर साल हों नानक का विह होरना तो एको एको साल खत्म हो जाता उन्होंने होर किसी गुरु का नहीं जी हर साल इस तरह होंगे फिर गुरु नानक का विह हर साल हों जो जवान लगते हैं बड़ा कुछ होंगे तीजा वीरवार गुरुवार मतलब ये कि सतगुरु सच्चे पातशाह जी का हुक्म है अज जरा मौन व्रत धारण करना बोलो अनुसार लोड़ अनुसार त्रिवेणी बन गई ना तीन दिन ने इस वास्ते थोड़ा उन्हें बोलो जिन्ना अपना ना सादा हो तो बहुता भी हुजारा मारते रहो प्रेम ना हो जाया करो जो गल करनी है तो टका ना कर लिया बहुत ही नहीं कर लिया सो हम सतगुरु के हुक्म अनुसार कुछ प्रार्थना मैं करना आप निकी धारण दिन पढ़ लीए तीन दिन की तरह ओ तेन गुण गुर मुख दे उथों दिन गल दुनियादारी दिन
ਕਿਤੇ ਇਹ ਨਹੀਂ ਲਿਖਿਆ ਵੀ ਕੱਛ ਪਾਉਣ ਵਾਲਾ ਗੁਰਮੁਖੇ ਜਾਂ ਸਿੱਧੀ ਪੱਗ ਵਾਲਾ ਤੇ ਚਿੱਟੀ ਪੱਗ ਵਾਲਾ ਗੁਰਮੁਖੇ ਜਾਂ ਮਾਲਾ ਵਾਲਾ ਗੁਰਮੁਖੇ ਜਾਂ ਕਿਰਪਾਨ ਵਾਲਾ ਮਨੁੱਖ ਦਾ ਸਿਰ ਮੁੰਨੇ ਵਾਲਾ ਨਹੀਂ ਗੁਰਮੁਖ ਦੇ ਲੱਛਣ ਲਿਖੇ ਨੇ ਗੁਰਮੁਖ ਨਾਮਦਾਰ ਇਸ਼ਨਾਨ ਉਲਟਾ ਇਹਦੇ ਕੀ ਹੈ ਫਿਰ ਜੀ ਉਹ ਸ਼ਕਲ ਵਾਲੀ ਕਹਿੰਦੇ ਮਨਮੁਖ ਕਹਿੰਦੇ ਨੇ ਨਾਮ ਦਾਨ ਇਸ਼ਨਾਨ ਨਾਮ ਮਨਮੁਖ ਤੇ ਤਾਂ ਧੂੜ ਰਮਾਈ ਉਹਨਾਂ ਦਾ ਆਜ ਇਹ ਹੁਣ ਵੇਖ ਲਿਆ ਕਰੋ ਅਸੀਂ ਹਰ ਆਪ ਜੀ ਗੁਰੂ ਕੋਈ ਪਤਾ ਨੀ ਬਲੈਕ ਮਾਰ ਕੀਤੀ ਆ ਕਿੱਡੀ ਕਿੱਡਾ ਕੋਈ ਸਵੇਰ ਤੋਂ ਲੱਗੇ ਡੇਢ ਕਿਲੋ ਲੋਕਾਂ ਗਰੀਬਾਂ ਦਾ ਲਹੂ ਪੀ ਜਾਂਦਾ ਫਿਰ ਅਸੀਂ ਆਨੇ ਆਓ ਜੀ ਗੁਰਮੁਖੋ ਕੀਕੋ ਆ ਗਏ ਤੁਸੀਂ ਆਓ ਜੀ ਭਗਵਾਨ ਜੀ ਆਓ ਜੀ ਫਲਾਣਾ ਜੀ ਗੁਰਮੁਖ ਦੇ ਲੱਛਣ ਇਹ ਹਨ ਦਾਨ ਨਾਮ ਤੇ ਦਾਨ ਤੇ ਇਸ਼ਨਾਨ ਇੱਧਰ ਦਾਨ ਇਸ਼ਨਾਨ ਹੋ ਗਿਆ ਇੱਧਰ ਨਾਮ ਹੋ ਗਿਆ ਵਿੱਚ ਹੋ ਗਿਆ ਦਾਨ ਮੈਂ ਇਹਦੇ ਤੇ ਥੋੜ੍ਹੀ ਅਰਜ਼ ਕਰਨੀ ਅੱਜ ਦਾਨੀ ਚਾਰ ਪ੍ਰਕਾਰ ਦੇ ਹੁੰਦੇ ਨੇ ਜੋ ਰੋਜ਼ ਤੁਸੀਂ ਸੁਣਦੇ ਹੋ ਸਤੀਆ ਸਤੀ ਮੈਂ ਦਾਨੀ ਸਤੀ ਦੇ ਬਹੁਤ ਅਰਥ ਹਨ ਫਿਰ ਕਦੀ ਅਰਜ਼ ਕਰਾਂਗਾ ਸਤੀਆ ਮਨ ਸੰਤੋਖ ਉਪਜਾ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਾਸਾ ਗੁਣਾਂ ਤੇ ਸੋਚ ਕਰੇ ਸੰਸਾਰ ਚਾਰ ਪ੍ਰਕਾਰ ਦੇ ਦਾਨੀ ਉਹਨਾਂ ਦੀ ਆਪਣਾ ਆਪਣੀ ਵੱਖਰੀ ਵੱਖਰੀ ਸਟੇਜ ਹੈ ਜਿਹੜਾ ਅਸਲੀ ਦਾਨੀ ਹੈ ਨਾ ਸਤੀ ਉਹ ਜਿਹੜਾ ਸਭ ਤੋਂ ਵੱਡਾ ਦਾਨੀ ਹੈ ਉਹਦੀਆਂ ਜਿਹੜੀਆਂ ਆਮ ਸਿਫਤਾਂ ਲਿਖੀਆਂ ਹਨ ਉਹ ਦਾਨੀ ਜਿਹੜਾ ਉਹ ਤਾਂ ਸਾਂਝੀ ਭਗਵਾਨ ਨੂੰ ਵੀ ਭਾਜੜਾ ਪਾ ਲਿਆ ਉਹ ਤਾਂ ਭਗਵਾਨ ਹੀ ਉਹਦੇ ਪਿੱਛੇ ਪਾਉਂਦਾ ਫਿਰਦਾ ਉਹ ਬਹੁਤ ਉੱਚੀ ਅਵਸਥਾ ਦਾ ਮਾਲਕ ਹੁੰਦਾ ਇਹਦੇ ਉੱਤੇ ਮੈਂ ਤੁਹਾਡੇ ਸਾਹਮਣੇ ਇੱਕ ਅੱਜ ਕਥਾ ਆਰਸ ਕਰਨ ਲੱਗਾ ਭਾਈ ਕਿਸ ਤਰ੍ਹਾਂ ਜਿਹੜਾ ਨਾ ਭਗਵਾਨ ਉਹ ਦਾਨੀਆਂ ਨੂੰ ਜੀਤੂ ਆਉਂਦਾ ਉਹ ਸਿਦਾਰੀ ਕਰਦੇ ਜਾਣੇ ਤੇ ਦਾਨੀਆਂ ਵੀ ਆ ਕੇ ਸਮਝੇ ਸਾਰਾ ਕੁਝ ਇੱਕ ਰਾਜਾ ਹੋਇਆ ਰਘੂ ਰਘੂ ਦਾ ਪੁੱਤਰ ਹੋਇਆ ਅੱਜ ਅੱਜ ਦਾ ਪੁੱਤਰ ਹੋਇਆ ਦਸ਼ਰਥ ਤੇ ਦਸ਼ਰਥ ਦੇ ਘਰ ਦੇ ਰਾਮਚੰਦਰ ਜੀ ਨੇ ਅੱਗੇ ਅਵਤਾਰ ਲਿਆ ਦਸ਼ਰਥ ਨੇ ਪੁੱਤਰੇ ਜੀ ਜੰਗ ਕਰਾਇਆ ਸੀ ਰਿਸ਼ੀਆਂ ਮੁਨੀਆਂ ਮਹਾਤਮਾ ਨੂੰ ਸਾਰਿਆਂ ਨੂੰ ਸਾਰੇ ਕਹਿੰਦੇ ਨੇ ਪੁੱਤਰ ਪੈਦਾ ਹੋ ਮੈਂ ਛੇਤੀ ਛੇਤੀ ਅਰਜ਼ ਕਰ ਦੇਣੀ ਹੈ ਉਹ ਜਿਸ ਵਕਤ ਪੁੱਤਰੇਸ਼ ਜੀ ਜੰਗ ਕਰਾਇਆ ਨਾ ਅਖੀਰ ਉਹ ਜਿਹੜੀ ਆਹੂਤੀ ਪਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਸੀ ਨਾ ਛੱਲਿਆ ਤੇ ਕਹਿ ਗਈ ਤੇ ਸੁਮਿਤਰਾ ਤਿੰਨ ਸੰਧਾਂ ਉਹਨਾਂ ਦੇ ਰਾਜਾਂ ਤੇ ਸੁਮਿਤਰਾ ਜਿਹੜੀ ਸੀ ਉਹ ਭਾਂਡੇ ਮਾਂਜਦੀ ਸੀ ਗੱਲ ਵਿੱਚ ਉਹ ਜੋ ਉਹਨਾਂ ਸੇਵਾ ਦੇ ਵਿੱਚ ਲੱਗੀ ਹੋਈ ਸੀ ਤੇ ਜਦੋਂ ਕੱਢਣ ਲੱਗੇ ਹਨ ਤਾਂ ਆਹੂਤੀਆਂ ਉਸ ਵਕਤ ਕਕਈ ਤੇ ਕੁਛਲਿਆ ਉਸ ਵਕਤ ਕੋਲ ਸਨ ਤੇ ਜਿਹੜਾ ਉਹਨਾਂ ਦਾ ਹੈਡ ਸੀ ਨਾ ਮਹਾਤਮਾਵਾਂ ਦਾ ਉਸਨੇ ਉਹ ਜਿਹੜੀ ਆਹੂਤੀ ਪਾਉਣੀ ਸੀ ਨਾ ਪੁੱਤਰੇਸ਼ ਦੀ ਜੱਗ ਵਾਸਤੇ ਤੇ ਉਹ ਦੇਣੀ ਸੀ ਉਹਨਾਂ ਨੂੰ ਉਹ ਦੋਵੇਂ ਸਨ ਤੇ ਉਹਨਾਂ ਨੇ ਦੋ ਉਹਦੇ ਹਿੱਸੇ ਕਰ ਦਿੱਤੇ ਅੱਧਾ ਕੁਛਲਿਆ ਨੂੰ ਦੇ ਦਿੱਤਾ ਤੇ ਅੱਧਾ ਕਕਈ ਨੂੰ ਦੇ ਦਿੱਤਾ ਤੇ ਹਸਨ ਤਿੰਨ ਇਹ ਬੜਾ ਵੇਗ ਸਾਹਿਬ ਸੀ ਉਹ ਵੀ ਰਾਜਾ ਆਉਂਦਾ ਮਹਾਰਾਜ ਮੇਰੀਆਂ ਤਿੰਨ ਰਾਣੀਆਂ ਨੇ ਤੇ ਤੁਸੀਂ ਦੋਵਾਂ ਨੂੰ ਇਹ ਵੰਡ ਦਿੱਤਾ ਤੀਜੀ ਰਾਣੀ ਤਾਂ ਫਿਰ ਵਿਚਾਰੀ ਔਖੀ ਹੋਏਗੀ ਉਹ ਫਿਰ ਸੰਤਾਂ ਨੇ ਕੀ ਕੀਤਾ ਨਾ ਥੋੜ੍ਹਾ ਜਿਹਾ ਉਧਰੋਂ ਚੁੱਕ ਲਿਆ ਥੋੜ੍ਹਾ ਜਿਹਾ ਉਧਰੋਂ ਚੁੱਕਾ ਉਹ ਸੁਮਿਤਰਾ ਦੇ ਹੱਥ 'ਚ ਆ ਦਿੱਤਾ ਉਧਰੋਂ ਵੀ ਲੈ ਲਿਆ ਤੇ ਉਧਰ ਨਾਲ ਸੁਮਿਤਰਾ ਦੇ ਦੋ ਹੋ ਗਿਆ ਤੇ ਉਹਨਾਂ ਦੇ ਇੱਕੋ ਇੱਕ ਰਹਿ ਗਿਆ ਤੇ ਜਿਹੜੀ ਜਿਹੜੀ ਉਧਰ ਚੁੱਕ ਜਾਂਦੀ ਉਹਨਾਂ ਦਾ ਉਧਰੋਂ ਭਰਤ ਦਾ ਉਧਰ ਸਤਰੁਗਨ ਨਾਲ ਪਿਆਰ ਹੋ ਗਿਆ ਤੇ ਲਕਸ਼ਮਣ ਦਾ ਉਧਰ ਰਾਮ ਜੀ ਨਾਲ ਪਿਆਰ ਇਸੇ ਤਰ੍ਹਾਂ ਇਹਨਾਂ ਦੀ ਪੁੱਤਰੇਸ਼ਟੀ ਜੱਗ ਕਰਨ ਕਰਨ ਵਾਸਤੇ ਅਰਥ ਕਰਦੇ ਇਸ ਤਰ੍ਹਾਂ ਹੋਈ ਸੀ ਅਜੇ ਭਗਵਾਨ ਦਾ ਰਾਮ ਦਾ ਜਨਮ ਨਹੀਂ ਹੋਇਆ ਹਜਾ ਤੱਕ ਦਰਬਾਰ ਭਰਿਆ ਆ ਸੰਗਤਾਂ ਬੜੀਆਂ ਬੈਠੀਆਂ ਰਿਸ਼ੀ ਮੁਨੀ ਮਹਾਤਮਾ ਬੜੇ ਬੈਠੇ ਹਨ ਰਾਜਾ ਕੜੀ ਬੜੀ ਬੂਹੇ ਵੱਲ ਵੇਖਦਾ ਸਾਰਿਆਂ ਨੇ ਕੀ ਅੱਜ ਰਾਜੇ ਦੀ ਕਦੀ ਇੱਧਰ ਵੇਖਦਾ ਕਦੀ ਇੱਧਰ ਬੂਹੇ ਵੱਲ ਕੜੀ ਬੜੀ ਵੇਖਦਾ ਇਹਦਾ ਮਤਲਬ ਕੀ ਹੈ ਰਾਜਾ ਕਿਸੇ ਦੀ ਉਡੀਕ ਹੋਈ ਸੀ ਉਹਨੂੰ ਅੱਜ ਇਹ ਪਤਾ ਲੱਗਾ ਸੀ ਰਿਸ਼ੀਆਂ ਮੁਨੀਆਂ ਦੇ ਕਹਿਣ ਅਨੁਸਾਰ ਜੋਤੀਆਂ ਦੇ ਕਿ ਅੱਜ ਤੁਹਾਡੇ ਘਰ ਪੁੱਤਰ ਪੈਦਾ ਜਿਸ ਵਕਤ ਰਾਜੇ ਨੇ ਇਸ ਤਰ੍ਹਾਂ ਗਊ ਨਾਲ ਤੱਕਿਆ ਤੇ ਗੋਲੀ ਗੱਸੀ ਆਉਂਦੀ ਗੋਲੀ ਨੂੰ ਸੌ ਸੌ ਲੱਸੀ ਗਾਉਂਦੀ ਨੂੰ ਵੇਖਿਆ ਤੇ ਉਹ ਛੇਤੀ ਛੇਤੀ ਆ ਗਿਆ ਜੈ ਹੋ ਮਹਾਰਾਜ ਕੀ ਵਧਾਈ ਹੋਏ ਮਹਾਰਾਜ ਜੀ ਆਪਕੋ ਜੈ ਹੋ ਆਪਕੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਖੁਸ਼ੀ ਦੀ ਗੱਲ ਉਸ ਨੇ ਆ ਕੇ ਅਰਜ਼ ਕੀਤੀ ਮਹਾਰਾਜ ਆਪ ਜੀ ਦੇ ਘਰ ਪੁੱਤਰ ਨੇ ਜਨਮ ਜੈ ਜੈ ਗਾਰਾ ਹੋ ਗਿਆ ਖੁਸ਼ੀਆਂ ਹੋ ਗਈਆਂ ਬੜਾ ਆਨੰਦ ਰਾਜੇ ਦੇ ਗੱਲ ਜਿਹੜੀ ਮਾਲਾ ਪਈ ਸੀ ਨਾ ਉਸ ਵਕਤ ਉਸ ਨੇ ਲਾਹ ਕੇ ਉਸ ਵਕਤ ਗੋਲੀ ਨੂੰ ਫੜਾ ਲਈ ਤੇ ਆ ਲਾ ਗੋਲੀ ਤੂੰ ਬੜੀ ਮੈਨੂੰ ਸ਼ੁਭ ਜਿਹੜੀ ਖਬਰ ਦਿੱਤੀ ਆ ਇਸ ਵਾਸਤੇ ਮੈਂ ਜਿਹੜਾ ਸਤਿਕਾਰ ਕਰਦਾ ਸੀ ਤੈਨੂੰ ਮੈਂ ਮਾਲਾ ਦੇ ਜਿਸ ਵਕਤ ਉਹਨੂੰ ਪਤਾ ਲੱਗਾ ਉਸ ਵਕਤ ਪੰਡਿਤ ਜਿਹੜੇ ਸਨ ਉਹ ਬੈਠੇ ਵਿਦਵਾਨ ਤੇ ਪੰਡਿਤ ਰਾਜੇ ਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਉਹਨਾਂ ਨੇ ਆਖਿਆ ਵੀ ਹੁਣ ਇਹਦੀ ਲਗਨ ਲੁਗਨ ਵੇਖ ਕੇ ਨਾ ਤੇ ਦੱਸੋ ਕਿ ਪੁੱਤਰ ਕਿਸ ਤਰ੍ਹਾਂ ਦਾ ਚੰਗਾ ਜਨਪਤ ਦੀਆਂ ਮਰਤ ਆਉਂਦੀਆਂ ਨੇ ਨਾ ਸਤਿਗੁਰੂ ਰਾਮ ਸਿੰਘ ਦੀ ਜਨਪਤਰੀ ਵਿੱਚ ਜਦੋਂ ਬਡਾਰਸ ਗਏ ਸੱਚੇ ਪਾਤਸ਼ਾਹ ਨੇ ਪੁੱਛਿਆ ਉਹਨਾਂ ਨੂੰ ਆਖਿਆ ਜੀ ਇਹਨਾਂ ਦੀ ਜਨਪਤਰੀ 'ਚ ਅਜੇ ਮਿਰਚੀ ਹੋਈ ਲਿਖੀ ਹੋਈ ਇਸ ਤਰ੍ਹਾਂ ਇਹਨਾਂ ਦੀ ਜਨਪਤਰੀ ਮਰੀ ਜਨਪਤਰੀ ਦੂਜੀ ਨਹੀਂ ਹੋਣੀ ਮੈਂ ਵੇਖੀ ਸੀ ਪੜ੍ਹੀ ਸੀ ਇਹਨਾਂ ਦੇ ਬਾਰੇ ਜੋ ਵੀ ਲਿਖਿਆ ਸੀ ਨਾ ਸਾਰੇ ਜਿਹੜੇ ਹਿੰਦੂ ਮਤ ਅਨੁਸਾਰ ਦੇ ਸਾਰੇ ਸਮਝੋ ਲਿਖਾ ਹੀ ਦਿੰਦੇ ਨੇ ਬੜੇ ਲਿਖਦੇ ਹਨ ਸੋ ਉਹਨਾਂ ਨੇ ਆਖਿਆ ਵੀ ਦੱਸੋ ਕਿ ਇਹਨਾਂ ਦੇ ਕਿਸ ਤਰ੍ਹਾਂ ਰਿਸ਼ੀਆਂ ਮੁਨੀਆਂ ਨੇ ਬਹਿ ਕੇ ਸਾਰੇ ਆਖਿਆ ਮਹਾਰਾਜ ਇਹ ਬੜਾ ਸ਼ੁਭ ਬਾਲਕ ਹੈ ਬੜਾ ਉੱਚਾ ਹੈ
ਅਜਾ ਬਾਲਕ ਨਹੀਂ, ਕਿਸੇ ਤਰ੍ਹਾਂ ਦਾ ਅੱਗੇ ਕੋਈ ਛੁਮਿਆ ਹੀ ਨਹੀਂ, ਤੇ ਨਾਲ ਇਹ ਵੀ ਗੱਲ ਹੈ ਤੇ ਈਸ਼ਵਰੀ ਅਵਤਾਰ ਹੈ, ਵਿਸ਼ਨੂੰ ਅਵਤਾਰ ਤੁਹਾਡੇ ਘਰ ਆਇਆ। ਰਾਜਾ ਕਹਿੰਦਾ ਅੱਛਾ, ਫਿਰ ਜੇ ਮੇਰੇ ਘਰ ਵਿਸ਼ਨੂੰ ਅਵਤਾਰ ਆ ਗਿਆ ਤੇ ਕਿਉਂ ਆਇਆ, ਇਹਦਾ ਕੀ ਮਤਲਬ ਹੋਇਆ? ਮੈਂ ਇਹ ਤੁਹਾਡੇ ਅੱਗੇ ਅਰਜ਼ ਕਰਨਾ ਕਿ ਮੈਨੂੰ ਤੁਸੀਂ ਇਹ ਦੱਸੋ ਵੀ ਮੈਂ ਕਿਹੜਾ ਪੁੰਨ ਕਰਮ ਕੀਤਾ ਹੈ ਜਿਸ ਵਾਸਤੇ ਭਗਵਾਨ ਮੇਰੇ ਘਰ ਆ ਕੇ ਅਵਤੀਰਨ ਹੋਇਆ, ਉਹ ਮੈਨੂੰ ਦੱਸੋ ਮੈਂ ਪੁੰਨ ਕਿਹੜਾ ਕੀਤਾ ਹੈ। ਸਾਡੇ ਹੈਰਾਨ ਹੋ ਗਿਆ ਵੀ ਕੀ ਦੱਸੀਏ, ਵੀ ਕੀ ਪੁੰਨ ਤੁਹਾਂ ਕੀਤਾ ਹੈ। ਰਾਜਾ ਕਹਿੰਦਾ ਇੱਕ ਮਹੀਨੇ ਤੱਕ ਦੱਸ ਦਿਓ, ਇੱਥੇ ਸਤਿ ਸ੍ਰੀ ਅਕਾਲ ਰਾਜਿਆਂ ਦਾ ਸਾਰੇ ਵਕੀਰ ਤੋਂ ਨਾ ਪੜਿਆ ਜਾਏ, ਸਮਝ ਲਓ ਵੀ ਤੁਹਾਡੀ ਅੱਜ ਤੋਂ ਨੇੜੇ ਮੌਤ ਆ ਗਈ, ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਦੱਸ ਦਿਓ। ਉਹ ਸਾਰੇ ਹੈਰਾਨ ਹੋ ਗਏ, ਕੀ ਕੀਤਾ ਗਿਆ? ਆਖਿਰ ਜਿਹੜਾ ਹੈਡ ਪੰਡਿਤ ਸੀ ਨਾ, ਉਹ ਬਹੁਤ ਵੱਡਾ ਜੋਤਸ਼ੀ ਸੀ। ਜਦੋਂ ਮਹੀਨਾ ਬਤੀਤ ਹੋ ਗਿਆ, ਰਾਜੇ ਨੇ ਫਿਰ ਸਾਰੇ ਪੰਡਿਤਾਂ ਨੂੰ ਇਕੱਠਾ ਕਰ ਲਿਆ, ਇਕੱਠਿਆਂ ਕਰਕੇ ਜਿਸ ਵਿੱਚ ਬੈਠ ਗਏ ਤੇ ਰਾਜਨ ਪੁੱਛਦਾ, ਦੱਸੋ ਕਿਸ ਸ਼ੁਭ ਕਰਮ ਕੀਤਾ ਮੈਂ ਜਿਹੜਾ ਮੇਰੇ ਘਰ ਪੁੱਤਰ ਇਸ ਤਰ੍ਹਾਂ ਦਾ ਭਗਵਾਨ ਨੇ ਆ ਕੇ ਅਵਤਾਰ ਦਾਨ ਕੀਤਾ। ਦੂਜੇ ਸਾਰੇ ਚੁੱਪ ਕਰ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਸੀ। ਉਹ ਬ੍ਰਿਧ ਅਵਸਥਾ ਵਿੱਚ ਜਿਹੜਾ ਪੰਡਿਤ ਸੀ ਉਹ ਕਹਿੰਦਾ, ਰਾਜਨ ਮੈਂ ਦੱਸ, ਅਸੀਂ ਦੱਸੋ ਅਸੀਂ ਕੋਈ ਸ਼ੁਭ ਕਰਮ ਨਹੀਂ ਕੀਤਾ, ਜੇ ਮੈਂ ਕੋਈ ਸ਼ੁਭ ਨਹੀਂ ਕਰਮ ਕੀਤਾ ਤੇ ਮੇਰੇ ਘਰ ਪੁੱਤਰ ਕਿਉਂ ਪੈਦਾ ਹੋਇਆ? ਕਹਿੰਦਾ ਤੇਰੀ ਕਮਾਈ ਨਹੀਂ, ਤੇਰੇ ਪਿਛਲਿਆਂ ਦੀ ਕਮਾਈ ਹੈ। ਜੋ ਦਾਦੇ ਘਾ ਖੋਲ ਡਿੱਠਾ ਖਜ਼ਾਨਾ ਤੇ ਤਾਂ ਮੇਰੇ ਮਨ ਪਿਆ, ਉਹ ਪਿਛਲਿਆਂ ਦੀ ਗੱਲ ਹੁੰਦੀ ਏ, ਇਹ ਬੜਿਆਂ ਦਾ ਪਿਛਲਿਆਂ ਦਾ ਵੀ ਤੁਰਿਆ ਹੁੰਦਾ ਨਾ। ਨਾਮ ਤਾਰੇ ਵਾਲੇ ਜੀ ਮਲੇਰਕੋਟ ਵਿੱਚ ਸ਼ਹਾਦਤਾਂ ਪਾਈਆਂ ਤੇ ਉੱਥੇ ਅੰਮ੍ਰਿਤਸਰ ਸ਼ਹੀਦ ਹੋ ਗਿਆ ਜੀ, ਰਾਏਗੜ੍ਹ ਹੋ ਗਿਆ, ਉਹਨਾਂ ਦੇ ਸਿਰ ਤੇ ਰੋਟੀ ਸਾਨੂੰ ਮਿਲਦੀ ਆ, ਅਸਾਂ ਕੀ ਕੀਤਾ? ਹੁਣ ਨਾਮਧਾਰੀ ਆ, ਅਸਾਂ ਨੇ ਕੀ ਕੀਤਾ? ਅਸੀਂ ਕਮਾਚੀਏ ਆ। ਪੁਰਾਣੇ ਜ਼ਮਾਨੇ 'ਚ ਤੁਹਾਨੂੰ ਵੇਖਿਆ ਹੋਵੇਗਾ, ਮਰਾਸ਼ੀ ਹੁੰਦੇ ਸਾਰੇ ਇੱਕ ਕਮਾਚੀ ਹੁੰਦੇ ਹਨ, ਉਹ ਸਰਦਾਰ ਜਿਹੜੇ ਹਨ, ਫਲਾਣਾ ਸਿੰਘਾਨ, ਫਲਾਣਾ ਸਿੰਘਾਨ, ਫਲਾਣਾ ਸਿੰਘਾਨ, ਉਹਨਾਂ ਦੇ ਨਾਂ ਦਾ ਲਾ ਲੈਣਾ, ਉਹਨਾਂ ਨੂੰ ਰੁਪਈਆ ਦੇ ਦੇਣਾ। ਅਸੀਂ ਕਮਾਚੀ ਆ, ਇਕੱਠਾ ਕਰਨ ਵਾਲੇ ਤੇ ਲੱਗੇ ਕਰਨ ਵਾਲੇ ਤੇ ਰਾਗੀ ਦੇ ਦੂਜੇ, ਉਹ ਗੁਰੂਆਂ ਦੇ ਨਾਂ ਲੈ ਲੈ ਕੇ ਲੱਡੂ ਸਾਨੂੰ ਮਿਲ ਜਾਂਦੇ, ਅੱਜ ਪਕੌੜੇ ਮਿਲ ਜਾਣਗੇ ਤੁਹਾਨੂੰ। ਕਹਿੰਦੇ ਡੈ ਜੀ, ਮੈਂ ਵੇਖ ਕੇ ਆਇਆ ਨਾ, ਲੱਗ ਮੈਂ ਲਾਗਣੀਆਂ ਦਾ ਦਰਸ਼ਨ ਕਰਕੇ ਆਉਣਾ, ਜਦੋਂ ਉੱਥੋਂ ਦੀ ਆਉਣਾ ਨਾ, ਲਾਗਣੀਆਂ ਦੀ ਬੜੀ ਕਿਰਪਾ ਹੁੰਦੀ ਹੈ। ਉਹ ਅੰਦਰ ਦੇ ਸਾਰੇ ਦੇ ਮੈਂ 2 ਮਿੰਟ ਅੰਦਰ ਗਿਆ, ਮੈਂ ਕਿਹਾ ਉਹ ਅੰਦਰ ਨੇ ਜੀ ਬਹਿ ਜਾਓ, ਮੈਂ ਇੱਥੇ ਨਹੀਂ ਬੈਠਾ ਜਾਂਦਾ, ਤੁਹਾਨੂੰ ਲਾਗੇ ਕਿਲੇ ਜੀ ਉੱਥੇ ਬੈਠੇ, ਮੈਂ ਛੇਤੀ ਛੇਤੀ ਬਾਹਰ ਨਿਕਲਾਂ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ, ਉਹਨਾਂ ਦੀਆਂ ਆਹੀ ਗੱਲਾਂ ਕਰਦੇ ਆ, ਸਾਨੂੰ ਵੀ ਖਾਣ ਪੀਣ ਚੰਗਾ ਮਿਲ ਜਾਂਦਾ, ਸਾਡਾ ਵਾਹਵਾ ਡਰਪਾਲ ਚੱਲ ਗਿਆ ਹੈ। ਐ ਰਾਜਨ, ਤੇਰਾ ਕੋਈ ਏਡਾ ਪੁੰਨ ਕਰਮ, ਤੇਰੀ ਵੱਡੀਆਂ ਦਾ ਪੁੰਨ ਕਰਮ ਹੈ ਜਿਸ ਕਰਕੇ ਤੇਰੇ ਕਰਮ ਭਗਵਾਨ ਅਵਤੀ ਰਹਿੰਦਾ ਹੈ। ਕਿਹਨੇ ਵੱਡੇ ਨੇ ਕੀ ਕੰਮ ਕੀਤਾ? ਰਘੂ ਰਾਜਾ ਜਿਹੜਾ ਸੀ ਨਾ ਤੇਰਾ ਦਾਦਾ, ਉਸਨੇ ਬੜਾ ਵੱਡਾ ਦਾਨ ਕੀਤਾ ਸੀ ਤੇ ਦਾਨ ਦੀ ਕਿਰਪਾ ਨਾਲ ਭਗਵਾਨ ਜਿਹੜਾ ਉਹ ਤੇਰੇ ਸਮਝੋ ਕੀ, ਉਹ ਕਿਸ ਤਰ੍ਹਾਂ ਦਾਨ ਕੀਤਾ? ਸਾਰੀ ਸੰਗਤ ਬੈਠੀ ਹੋਈ ਹੈ, ਉਹ ਹੁਣ ਉਸ ਵਕਤ ਉਹਨੂੰ ਪੰਡਿਤ ਜਿਹੜਾ ਉਹ ਸੁਣਾਉਂਦਾ ਤੇ ਟੁੱਟਿਆ ਫੁੱਟਿਆ ਲਫ਼ਜ਼ਾਂ 'ਚ ਮੈਂ ਜੋ ਇਤਿਹਾਸ 'ਚੋਂ ਪੜਿਆ ਉਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਦੇਣਾ ਵੀ ਕਿਸ ਤਰ੍ਹਾਂ ਰਘੂ ਨੇ ਦਾਨ। ਰਘੂ ਰਾਜਾ ਜਿਹੜਾ ਸੀ ਨਾ, ਜਿਹੜੇ ਵੱਡੇ ਬੰਦੇ ਹੁੰਦੇ ਨੇ ਨਾ, ਉਹਨਾਂ ਦੇ ਘਰੋਂ ਜਿਹੜੀਆਂ ਬੀਬੀਆਂ ਰਾਣੀਆਂ ਹੁੰਦੀਆਂ ਨੇ ਇਸਤਰੀਆਂ, ਉਹ ਬਾਹਰ ਘੱਟ ਹੀ ਨਿਕਲਦੀਆਂ ਨੇ ਤੇ ਸਤਸੰਗਤ ਕੋਈ ਬੜੀ ਤਗੜੀ ਹੋਏ ਤੇ ਜਿਹੜੀ ਨਿਕਲ ਕੇ ਸਮਝੋ ਦੁਨੀਆਂ ਦੀ ਲਾਜ ਛੱਡ ਕੇ ਵੀ ਚੋਰੀ ਛੱਪੀ ਚਲੀ ਜਾਂਦੀ ਹੈ, ਜਿਸ ਤਰ੍ਹਾਂ ਤਾਰਾ ਰਾਣੀ ਚਲੀ ਜਾਂਦੀ ਸੀ ਤੇ ਰਾਤੀ ਜਾਇਰ ਸੁਣਿਆ ਚੋਰੀ ਜਾਂਦੀ ਸੀ, ਸਾਰੀ ਨਹੀਂ ਜਾਂਦੀ, ਜਿਸ ਤਰ੍ਹਾਂ ਹੁਕਮੀ ਸੀ ਵਿਆਹ ਵਾਲੀ, ਉਹ ਨਾਭੇ ਜਿਹੜੇ ਸਨ ਉਹਨਾਂ ਦੇ ਘਰ ਜਾ ਕੇ ਉਹ ਰਾਣੇ ਤੇ ਰਾਣੀਆਂ ਬਾਹਰ ਨਹੀਂ ਸੁਣਾ ਸਕਦੀਆਂ, ਪਰ ਉਹਨਾਂ ਨੂੰ ਉਹਨਾਂ ਦੇ ਘਰ ਸੁਖਮੀ ਦਾ ਪਾਠ ਸੁਣਾਇਆ ਕਰਦੇ, ਉਹਨਾਂ ਨੂੰ ਉੱਥੇ ਉਪਦੇਸ਼ ਦਿੰਦੀਆਂ ਹੁੰਦੀਆਂ। ਇਸੇ ਤਰ੍ਹਾਂ ਵੱਡੇ ਲੋਕ ਨੇ ਨਾ ਜਿਹੜੇ, ਉਹ ਆਪਣੇ ਘਰ ਵਿੱਚ ਹੀ ਆਪਣੀਆਂ ਬੱਚੀਆਂ ਬੱਚਿਆਂ ਨੂੰ ਟਿਊਸ਼ਨਾਂ ਵੀ ਰੱਖ ਲੈਂਦੇ ਨੇ ਅੱਜ ਕੱਲ੍ਹ, ਦੂਜੇ ਗਰੀਬ ਤੇ ਉੱਥੇ ਸਕੂਲਾਂ 'ਚ ਪੜ੍ਹਦੇ ਨੇ, ਵੱਡਿਆਂ ਦੇ ਟਿਊਸ਼ਨਾਂ ਰੱਖ ਲੈਂਦੇ ਨੇ, ਉਹਨਾਂ ਦੇ ਘਰ ਆ ਕੇ ਪੜਾ ਜਾਂਦੇ, ਜੋ ਪੈਸੇ ਹੁੰਦੇ ਨੇ ਇਸ ਵਾਰ ਸਾਰਾ ਕੁਝ ਰੱਖ ਲੈਂਦੇ ਨੇ। ਰਾਜੇ ਨੇ ਕੀ ਕੀਤਾ, ਇੱਕ ਪੰਡਿਤ ਨੂੰ ਆਖਿਆ ਵੀ ਤੂੰ ਸਾਡੇ ਘਰ ਆ ਕੇ, ਮੇਰੀਆਂ 4 ਰਾਣੀਆਂ ਨੇ ਤੇ ਚੌਵਾਂ ਰਾਣੀਆਂ ਨੂੰ ਘਰ ਆ ਕੇ ਤੇ ਕਥਾ ਸੁਣਾਇਆ ਕਰ, ਤਾਂ ਕਿ ਇਹਨਾਂ ਦੀ ਬਿਰਤੀ ਈਸ਼ਵਰ ਪ੍ਰਾਇਣ ਬਣ ਜਾਏ। ਰਾਜਾ ਰੋਜ਼ ਆਓ, ਪੰਡਿਤ ਰੋਜ਼ ਆ ਕੇ ਕਥਾ ਸੁਣਾਇਆ ਕਰਦਾ। ਕੁਦਰਤ ਮਹਾਰਾਜ ਜੀ ਇੱਕ ਦਿਨ ਐਸੀ ਵਰਤੀ ਕਿ ਉਹ ਪੰਡਿਤ ਬਿਮਾਰ ਹੋ ਗਿਆ। ਜਦੋਂ ਪੰਡਿਤ ਬਿਮਾਰ ਹੋ ਗਿਆ ਤੇ ਉਹ ਕਹਿੰਦਾ ਵੀ ਕਿਤੇ ਵਿਘਨ ਨਾ ਪੈ ਜਾਏ, ਪਰ ਰਾਜਿਆਂ ਦਾ ਕੰਮ ਹੁੰਦਾ, ਪਤਾ ਨਹੀਂ ਕਿਸ ਤਰ੍ਹਾਂ ਦੀ ਬਿਰਤੀ ਕਿਸੇ ਵੇਲੇ ਹੁੰਦੀ ਹੈ, ਕਿਸ ਤਰ੍ਹਾਂ ਦੀ ਕਿਸੇ ਵੇਲੇ ਹੁੰਦੀ ਹੈ, ਗੁੱਸੇ ਨਾ ਹੋ ਜਾਏ ਆਪਣੇ ਪੁੱਤਰ ਨੂੰ, ਜਿਹੜਾ ਨੌਜਵਾਨ ਪੁੱਤਰ ਸੀ ਨਾ, ਉਹਨੂੰ ਆਉਂਦਾ ਜਾ ਤੂੰ ਅੱਜ ਰਾਣੀਆਂ ਨੂੰ ਕਥਾ ਸੁਣਾ। ਉਹ ਜਿਸ ਵਕਤ ਕਥਾ ਸੁਣਾਉਣ ਗਿਆ ਨਾ, ਰਾਣੀਆਂ ਬੜੀਆਂ ਸੁੰਦਰ ਸਨ, ਇੱਕ ਉਹ ਆਦਮੀ ਸੁੰਦਰ ਹੋਏ ਤੇ ਦੂਜਾ ਫਿਰ ਹਾਰ ਸ਼ਿੰਗਾਰ ਲਾਇਆ ਤੇ ਉਦੋਂ ਹੋਰ ਚੰਗਾ ਲੱਗਣ ਲੱਗ ਪੈਂਦਾ। ਜਿਸ ਵਕਤ ਉਹ ਪੰਡਿਤ ਦੇ ਲੜਕੇ ਨੇ ਜਾ ਕੇ ਕਥਾ ਸ਼ੁਰੂ ਕੀਤੀ ਤੇ ਜਦੋਂ ਰਾਣੀਆਂ ਉਹ ਕਥਾ ਸੁਣਨ ਵਾਸਤੇ ਆਈਆਂ, ਉਹਨਾਂ ਨੇ ਰਾਣੀਆਂ ਦਾ ਦਰਸ਼ਨ ਕੀਤਾ ਤੇ ਉਹ ਪੰਡਿਤ ਦਾ ਬੱਚਾ ਜਿਹੜਾ ਸੀ ਬਸ ਉਹਦਾ ਵੀ ਕੰਮ ਹੋ ਗਿਆ, ਉੱਥੇ ਉਹਦਾ ਮਨ ਬੇਈਮਾਨ ਮੋਹਿਤ ਹੋ ਗਿਆ, ਉਹ ਵਿੱਚ ਹੀ ਕਥਾ ਛੱਡ ਕੇ ਛੇਤੀ ਛੇਤੀ ਤੇ ਤੁਰਿਆ, ਘਰ ਆ ਕੇ ਉਦਾਸ ਹੋ ਕੇ ਬਹਿ ਗਿਆ। ਉਦਾਸ ਪਿਆ ਤੇ ਮਾਤਾ ਪਿਤਾ ਪੁੱਛਦੇ ਨੇ ਕੀ ਹੋ ਗਿਆ ਤੈਨੂੰ, ਇਹ ਹੋਣਾ ਸੀ ਜੋ ਕੁਝ ਹੋ ਗਿਆ, ਕਥਾ ਵੀ ਕੀ ਗੱਲ, ਇਹ ਦੱਸਾਂ ਮੈਂ ਕੀ।
ਇਹ ਕੁਝ ਦੱਸ ਤੇਰਾ ਇਲਾਜ ਕਰਾਈਏ, ਕੋਈ ਇਮਾਰਦਾਰੀ ਕਰਾਈਏ, ਕੋਈ ਡਾਕਟਰ ਵੈਦ ਹਕੀਮ ਲਿਆਈਏ। ਕਹਿੰਦਾ ਇਹ ਡਾਕਟਰਾਂ ਦੇ ਵੈਦਾਂ ਤੇ ਹਕੀਮਾਂ ਵਾਲੀ ਗੱਲ ਨਹੀਂ, ਇਹ ਤੇ ਬੜੀ ਅਲੌਕਿਕ ਜੀ ਗੱਲ ਹੈ। ਇਹ ਕੀ ਕਹਿੰਦਾ, ਗੱਲ ਸਿਰਫ ਇਹੀ ਹੈ ਭਾਈ, ਮੈਂ ਰਾਣੀਆਂ ਦਾ ਦਰਸ਼ਨ ਕੀਤਾ, ਉਹ ਬਹੁਤ ਹੀ ਸੁੰਦਰ ਨੇ, ਤੇ ਜਦ ਤੱਕ ਉਹਨਾਂ ਵਿੱਚੋਂ ਇੱਕ ਰਾਣੀ ਮੈਨੂੰ ਮਿਲੇ ਨਾ, ਤਦ ਤੱਕ ਮੈਂ ਬਚ ਨਹੀਂ ਸਕਦਾ, ਮੈਂ ਮਰ ਜਾਂਗਾ ਜਦ ਤੱਕ ਮੈਨੂੰ ਰਾਣੀ ਨਾ ਮਿਲੇ। ਆਂਦਰੇ ਕਮਲਿਆ, ਕਿੱਥੇ ਗੰਗਾ ਤੇਰੀ ਤੇ ਕਿੱਥੇ ਰਾਜਾ ਕੋਲੇ, ਕਿਉਂ ਕਮਲੀਆਂ ਮਾਰਨਾ, ਤੈਨੂੰ ਰਾਣੀ ਮਿਲਦੀ ਇਸੇ ਤਰ੍ਹਾਂ, ਪਰ ਇਹੋ ਜਿਹੀਆਂ ਕਮਲੀਆਂ ਮਾਰੇਗਾ ਸਾਡਾ ਵੀ ਸੱਚਾ ਨਾਸ ਕਰਾ ਦੇਗਾ, ਸਾਰਾ ਟੱਬਰ ਮਰਵਾ ਦੇਗਾ, ਤੇ ਤੂੰ ਮਿਹਰਬਾਨੀ ਕਰ ਤੇ ਭੈੜੀ ਗੱਲ ਜਿਹੜੀ ਤੈਨੂੰ ਕੱਢ। ਕਹਿੰਦਾ ਨਿਕਲਦੀ, ਇਹ ਬੜਾ ਚੰਦਰਾ ਇਸ਼ਕ ਹੁੰਦਾ ਜੇ ਸਾਡੇ ਲੱਗ ਨਾ ਕਿਸੇ ਨੂੰ ਜਾਏ ਤੇ ਇਸ਼ਕੇ ਦਾ, ਉਂਝ ਜਿਹਨਾਂ ਨੂੰ ਲੱਗਦਾ ਨਾ ਉਹ ਹੋਰ ਹੁੰਦੇ ਨੇ। ਸੰਤਾਂ ਤਰਸੇਮ ਸਰ ਨੇ ਮੈਨੂੰ ਅਦਰ ਹੁਕਮ ਕੀਤਾ ਸੀ ਕਿ ਉਹਦੀ ਸਾਖੀ ਸਰਾ ਜਿਹੜਾ ਇਸੇ ਤਰ੍ਹਾਂ ਸਾਧੂ ਰਾਮ ਸਿੰਘ ਸੱਚੇ ਪਾਤਸ਼ਾਹ ਦਾਦਾ ਸੀ, ਉਹਦੀ ਕਲੀ ਫੇਰ ਅਰਜ ਕਰਾਂਗਾ। ਉਹ ਟਹਿਲ ਸਿੰਘ ਸੀ, ਪੰਜਵੀਂ ਸਿੰਘ ਸੀ, ਚਨਾਬ ਖਾਦਾ ਸੀ, ਲੈਲਪੁਰ ਦੇ ਜ਼ਿਲ੍ਹੇ ਵਿੱਚ ਜਾ ਕੇ ਜਿੱਥੋਂ ਦੇ ਉਹ ਹੋਏ ਸਨ ਸੰਤ, ਉੱਥੇ ਜਾ ਕੇ ਉਹਨੇ ਚੜ੍ਹਾਈ ਕੀਤੀ ਸੀ। ਉਹ ਕਦੇ ਵੀ ਗੱਡੀ 'ਤੇ ਨਹੀਂ ਸੀ ਚੜ੍ਹਦਾ, ਉਹਦੀਆਂ ਬੌੜੀਆਂ ਸਨ ਏਡੀਆਂ ਦੀਆਂ, ਗੱਡੀ ਨੂੰ ਵੇਖ ਉਹਦੀਆਂ ਬਹੁਤੀਆਂ ਸਿਹ ਦੇ ਤਕਲੇ ਵਾਂਗੂ ਖੜੀਆਂ ਹੋ ਜਾਂਦੀਆਂ ਹਨ। ਤੇ ਉਹ ਉਸ ਵਕਤ ਗੱਡੀ ਨੂੰ ਵੇਖ ਕੇ ਇਹ ਪੜ੍ਹ ਜਾਂਦਾ ਸੀ, ਉਹ ਪੜ੍ਹ ਜਾਂਦਾ ਕੀ ਸੀ, ਇਹ ਮੈਂ ਛੱਡ ਕੇ ਦਿਓ ਜਿਹੜੀ ਉਸ ਵਕਤ ਆਮ ਗੱਲ ਤੋਂ ਉਹ ਬੜੀਆਂ ਪੜ੍ਹ ਜਾਂਦਾ ਸੀ ਗੱਲਾਂ, ਉਹ ਫਿਰ ਮੈਂ ਕਦੇ ਇਹਨਾਂ ਦਾ ਹੁਕਮ ਮੰਨ ਲਾਂਗਾ, ਉਸ ਦਿਨ ਤੇ ਮੈਂ ਤਬਾਹੀ ਕੀਤੀ ਨਾ ਹੁਕਮ ਬਣ ਸਕਿਆ। ਉਹ ਕਈ ਵਾਰੀ ਇਹ ਪੜ੍ਹਦਾ ਹੁੰਦਾ ਸੀ, ਪਰ ਉਹਦਾ ਗੁਰੂ ਨਾਲ ਇਸ਼ਕ ਸੀ। ਇੱਕ ਨੂੰ ਵੇਖਿਆ ਉਹ ਬੜੀ ਸੁੰਦਰ, ਦੂਜੀ ਵੇਖੀ ਉਹ ਤੀਜੀ ਵੇਖੀ
ਵੇਖੀ ਉਦੋਂ ਸੁੰਦਰ, ਚੌਥੀ ਵੇਖੀ ਉਦੋਂ ਸੁੰਦਰ, ਕਹਿੰਦਾ ਹੁਣ ਕਿਹਨੂੰ ਲਾ ਤੇ ਕਿਹਨੂੰ ਨਾ। ਅਖੀਰ ਕਹਿੰਦੇ ਨੇ ਦੱਸ, ਕਹਿੰਦਾ ਜੀ ਫਿਰ ਜੇ ਵੀ ਮਾਰ ਕੇ ਮੇਰੀ ਗੱਲ ਮੰਨਣੀ ਤੇ ਚਾਲਾ ਹੀ ਦੇ ਦਿਓ ਮੈਨੂੰ, ਸਾਡਾ ਪੜ੍ਹੋ ਕਮੀਨੇ ਹੋ। ਰਾਜਾ ਬੜਾ ਸਾਧ ਉਸ ਉਹਨੇ ਆਖਿਆ ਚੰਗਾ ਜੀ ਚਾਰੇ ਲੈ ਕੇ। ਰਾਜੇ ਨੇ ਚਾਰੇ ਇਸਤਰੀਆਂ ਦਾਨ ਕਰ, ਜਦੋਂ ਚਾਰੇ ਇਸਤਰੀਆਂ ਦਾਨ ਕਰ ਦਿੱਤੀਆਂ, ਚੁੜੀ ਛੱਡ ਦਿੱਤੀ ਤੇ ਉਹ ਘਰ ਨੂੰ ਲੈ ਗਿਆ। ਤੇ ਰਾਜਾ ਮਨੋਂ ਸੋਚਿਆ ਇਹ ਤੇ ਬੜੇ ਸ਼ਾਹੀ ਖਾਸ ਨਾਲ ਪਲੀਆਂ ਜਾਣੇ ਖਾਧੀਆਂ ਪੀਂਦੀਆਂ ਨੇ, ਟੰਬਲ ਚੱਕਣ ਇਹ ਭੁੱਖੇ ਲੰਘੇ ਨੇ ਘਰ ਇਹਦੇ ਕੋਲ ਕੀ ਕਰਾਂ, ਮੇਰੇ ਜਾਂ ਰਾਣੀਆਂ ਜਾ ਕੇ ਔਖੀਆਂ ਹੋਣ, ਇਹਨਾਂ ਨੂੰ ਤੇ ਕਦੇ ਰੋਟੀ ਵੀ ਨਹੀਂ ਮਿਲਣੀ, ਇਹਨਾਂ 'ਚ ਕੁਝ ਨਹੀਂ ਮਿਲਣਾ, ਤੇ ਜੇ ਔਖੀਆਂ ਹੋਣਗੀਆਂ ਤੇ ਇਹਦਾ ਹੋਵੇ ਨਾ, ਤੇ ਮੈਂ ਰਾਜ ਵੀ ਪੰਡਿਤ ਨੂੰ ਦੇ ਦਿਆਂ ਤਾਂ ਕਿ ਔਖੀਆਂ ਨਾ ਹੋਣ। ਉਹਨੇ ਰਾਜ ਵੀ ਪੰਡਿਤ ਨੂੰ ਦਾਨ ਕਰ, ਜਦੋਂ ਰਾਜ ਵੀ ਪੰਡਿਤ ਨੂੰ ਦਾਨ ਕਰ ਦਿੱਤਾ ਨਾ, ਤੇ ਆਪ ਫਿਰ ਤੁਰ ਗਿਆ ਬਾਹਰ, ਫੜ ਲਿਆ ਇੱਕ ਕੱਪੜਾ ਜਿਹਾ ਲਿਆ ਕੇ ਸਮਝੋ ਜੰਗਲ ਵਿੱਚ ਤਲਵਾਰ ਫੜ ਕੇ ਬਾਹਰ ਚਲਾ। ਇਸ ਵਕਤ ਬਾਹਰ ਚਲਾ ਗਿਆ, ਅੱਗੇ ਇੱਕ ਦਰਖਤ ਸੀ, ਦਰਖਤ ਦੇ ਥੱਲੇ ਜਾ ਕੇ ਲੰਮਾ ਪੈ ਗਿਆ। ਰਾਤ ਦਾ ਸਮਾਂ ਆਇਆ, ਰਾਤ ਦਾ ਸਮਾਂ ਤੇ ਉੱਥੇ ਦੋ ਹੰਸ ਤੇ ਹੰਸ ਮਿਲੇ ਗਏ, ਉਹਨਾਂ ਦੇ ਬੱਚੇ ਉੱਥੇ ਦੋ ਨਹੀਂ ਦਿੱਤਾ। ਉਹਨਾਂ ਦੇ ਬੱਚੇ ਕਈ ਵਾਰੀ ਕੋਈ ਮਾਰ ਕੇ ਖਾ ਜਾਂਦਾ ਸੀ, ਉਹਨਾਂ ਨੂੰ ਮਾਰ ਜਾਂਦਾ ਸੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੌਣ ਮਾਰਦਾ ਤੇ ਕੌਣ ਖਾਂਦਾ। ਇਹ ਜਿਸ ਵਕਤ ਐਸੇ ਤਰ੍ਹਾਂ ਉੱਥੇ ਲੰਮਾ ਪਿਆ ਸੀ ਨਾ, ਕੁਦਰਤੀ ਇੱਕ ਅੱਜ ਦਾ ਹਾ ਬੜਾ ਵੱਡਾ ਸੱਪ ਆਇਆ ਜਿਹੜਾ ਉਹਨਾਂ ਬੱਚਿਆਂ ਨੂੰ ਨਾ ਖਾਣ ਦੀ ਕੋਸ਼ਿਸ਼ ਕਰ। ਜਦੋਂ ਰਾਘੂ ਰਾਜੇ ਨੇ ਵੇਖਿਆ ਵੀ ਇਹ ਬੱਚਿਆਂ ਨੂੰ ਖਾ ਜਾਏਗਾ, ਉਸਨੇ ਫੜ ਕੇ ਤਲਵਾਰ ਉਹ ਜਿਹੜਾ ਸੱਪ ਸੀ ਉਹਦੇ ਟੋਟੇ ਕਰ, ਜਦੋਂ ਉਹਦੇ ਟੋਟੇ ਕਰ ਦਿੱਤੇ ਉਹ ਮਾਰ ਦਿੱਤਾ। ਉਹ ਦੋ ਉੱਥੇ ਬੈਠੇ ਸਨ ਤੇ ਇਹਨੇ ਬਾਹਰ ਉਹਦੇ ਹੰਸ ਤੇ ਹੰਸ ਨੇ ਉਹਨਾਂ ਦੇ ਦੋਵੇਂ ਮਾਂ ਪਿਓ ਜਿਹੜੇ ਸਨ ਉਹ ਆਏ, ਤੇ ਜਦੋਂ ਉਹ ਆਏ ਤੇ ਉਹਨਾਂ ਆਖਿਆ ਮਨ ਵਿੱਚ ਅੱਜ ਪਤਾ ਲੱਗਿਆ ਇਹ ਹੀ ਹੈ ਜਿਹੜਾ ਸਾਡੇ ਸਮਝੋ ਬੱਚਿਆਂ ਨੂੰ ਖਾ ਜਾਂਦਾ ਹੈ, ਅੱਜ ਅਸੀਂ ਇਹਦਾ ਸੱਜਾ ਨਾਸ ਕਰ ਛੱਡਿਆ ਗਿਆ, ਅਸੀਂ ਇਹਨੂੰ ਮਾਰ ਲਿਆ। ਉਹ ਜਿਸ ਵਕਤ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਤੇ ਨਾ, ਉਹ ਬੱਚੇ ਜਿਹੜੇ ਆਪਣੀ ਬੋਲੀ 'ਚ ਜੀ ਜੀ ਆ ਉਹਨਾਂ ਨੂੰ ਸਮਝਾਉਣ ਲੱਗ ਪਿਆ ਤੇ ਇਹਨੂੰ ਨਾ ਮਾਰਿਓ, ਇਹ ਤਾਂ ਸਾਡੀ ਜਾਨ ਬਚਣ ਵਾਲਾ, ਇਹ ਤਾਂ ਸਾਡੀ ਜਾਨ ਬਚਾਉਣ ਵਾਲਾ ਹੈ, ਇਹ ਨਹੀਂ ਸਾਡਾ ਵੈਰੀ, ਇਹ ਨਹੀਂ ਸਾਨੂੰ ਮਾਰਦਾ, ਇਹ ਸਾਡੀ ਜਾਨ ਬਚਾਉਣ ਵਾਲਾ। ਉਹਨਾਂ ਨੇ ਇਹ ਗੱਲ ਸੁਣੀ ਤੇ ਉਹ ਬੜੇ ਖੁਸ਼ ਹੋਏ। ਉਹਨਾਂ ਨੇ ਬ੍ਰਹਮਾ ਕੋਲੋਂ ਗੈਸ, ਬ੍ਰਹਮਾ ਕੋਲੋਂ ਹੰਸ ਤੇ ਹੰਸਣੀ ਤੇ ਬ੍ਰਹਮਾ ਕੋਲੋਂ ਦੋ ਅਮਰ ਫਲ ਲਿਆਂਦੇ ਸਨ। ਇਹਨਾਂ ਨੇ ਫਿਰ ਵਿਸਤਾਰ ਨਾਲ ਕਦੇ ਕਰਾਂਗਾ ਵੀ ਦਿਓ ਅਮਰ ਫਲ ਡਾਲ ਤਜੇ ਪਾਰਸ ਚਿੰਤਾ ਮਨ, ਬੜੀਆਂ ਕਹਾਣੀਆਂ ਚੱਲਦੀਆਂ ਨੇ ਇਹਦੇ। ਅਮਰ ਫਲ ਉਹਨਾਂ ਨੇ ਲੱਗ ਦਿੱਤਾ, ਉਹ ਕਹਿੰਦੇ ਨੇ ਇਸ ਨੇ ਸਾਡੇ ਬੱਚਿਆਂ ਦੀ ਜਾਨ ਬਚਾਈਏ, ਅਸੀਂ ਇਉਂ ਕਰਦੇ ਹਾਂ ਇਹ ਅੱਧਾ ਅੱਧਾ ਫਲ ਆਪਣੇ ਬੱਚਿਆਂ ਨੂੰ ਦੇ ਦਿੰਦੇ ਹਾਂ, ਇੱਕ ਅਮਰ ਫਲ ਇਹਨੂੰ ਦੇ ਛੱਡਣੇ ਵੀ ਇਹ ਖਾ ਲੈ ਤੇ ਇਹਦੀ ਉਮਰ ਵੱਡੀ। ਰਘੂ ਰਾਜੇ ਨੂੰ ਅਮਰ ਫਲ ਦਿੱਤਾ, ਜਿਸ ਵਕਤ ਅਮਰ ਫਲ ਮਿਲ ਗਿਆ ਤੇ ਰਘੂ ਰਾਜਾ ਸੋਚਦਾ ਮੈਂ ਖਾ ਕੇ ਕੀ ਕਰਾਂ, ਮੈਂ ਜੰਗਲ 'ਚ ਫਿਰਦਾ ਭੁੱਜੇ ਨੂੰ ਸੌਂਦਾ, ਰਾਜ ਮੇਰੇ ਕੋਲ ਨਹੀਂ, ਇੱਕ ਵੇਲੇ ਰੋਟੀ ਮਿਲਦੀ ਇੱਕ ਵੇਲੇ ਨਹੀਂ ਮਿਲਦੀ, ਨਾ ਕੋਈ ਨੌਕਰ ਹੈ ਨਾ ਕੋਈ ਚਾਕਰ ਹੈ, ਤੇ ਮੈਂ ਤੇ ਜਿੰਨਾ ਚਿਰ ਲੰਮੀ ਉਮਰ ਕਰਾਂ ਤਾਂ ਔਖੇ ਹੋਣਾ ਨਾ, ਹੋਵੇ ਨਾ ਤੇ ਉਹ ਕਮੀਨੀ ਪੰਡਿਤ ਨੂੰ ਦੇ ਆਵਾਂ, ਉਹ ਵੱਡਾ ਹੋ ਜਾਏਗਾ ਕਮ ਅਜ਼ ਕਮ, ਉਹ ਤੇ ਚਾਰ ਦਿਨ ਸੁੱਖ ਕੇ ਕੱਢ। ਉਹ ਵਾਪਸ ਜਦੋਂ ਘਰ ਆਇਆ ਨਾ, ਤੇ ਪੰਡਿਤ ਉਹਨਾਂ ਨੇ ਜਦੋਂ ਵੇਖਿਆ ਨਾ ਰਾਜਾ ਆਉਂਦਾ, ਕਹਿੰਦਾ ਮਨ ਬਦਲ ਗਿਆ ਰਾਜੇ ਦਾ, ਹੁਣ ਮੈਨੂੰ ਮਰਵਾ ਛੱਡੇਗਾ, ਉਹ ਔਖਾ ਹੋਇਆ ਹੋਣਾ ਦਿਹਾੜੀ, ਤੇ ਵੱਡੇ ਬੰਦੇ ਦੇ ਮਿੰਟ 'ਚ ਹੋਰ ਹੋ ਜਾਂਦੇ ਨੇ, ਉਹਦੇ ਮਨ 'ਚ ਜਿਹੜਾ ਹੁਣ ਵਾਪਸ ਆ ਗਿਆ ਜ਼ਰੂਰ ਮੈਨੂੰ ਮਾਰ ਛੱਡੇਗਾ। ਜਿਸ ਵਕਤ ਰਘੂ ਰਾਜਾ ਆਇਆ, ਉਸਨੇ ਪੰਡਿਤ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਕਹਿੰਦਾ ਹੈ ਪੰਡਿਤ ਦੇਵਤਾ, ਆਹ ਜਿਹੜਾ ਫਲ ਹੈ ਨਾ ਇਹ ਅਮਰ ਫਲ ਹੈ, ਇਹ ਤੂੰ ਲੈ ਲੈ ਇਹ ਖਾ ਲੈ, ਤੇਰੀ ਵੱਡੀ ਉਮਰ ਹੋ ਜਾਏਗੀ ਤੇ ਮੈਂ ਤੇ ਹੁਣ ਐਵੇਂ ਜ਼ਿੰਦਗੀ ਇਸ ਤਰ੍ਹਾਂ ਦੀ ਕੱਟਣੀ ਹੈ, ਇਸ ਵਾਸਤੇ ਮੈਂ ਤੈਨੂੰ ਇਹ ਅਮਰ ਫਲ। ਉਸ ਪੰਡਿਤ ਨੇ ਅਮਰ ਫਲ ਜਦੋਂ ਫੜ ਲਿਆ ਨਾ, ਉਸਨੇ ਆਖਿਆ ਦੂਜਿਆਂ ਨੇ ਆਖਿਆ ਫਲ ਨਾ ਖਾਈ, ਇਹ ਬੜੇ ਖਚਰੇ ਹੁੰਦੇ ਨੀ ਰਾਜੇ, ਇਹ ਕੋਈ ਜ਼ਹਿਰ ਦਾ ਫਲ ਬਣਾਇਆ ਹੋਇਆ, ਆਂਦਾ ਵੀ ਸਿੱਧਾ ਨਾ ਮਾਰਾਂ ਮੇਰੇ ਰਿਪਬਲਿਕ ਦਾ ਦੋਸ਼ ਵੀ ਨਾ ਆ ਜਾਏ, ਇਹ ਤੂੰ ਖਾ ਲਾਂਗਾ ਤੇ ਮਰ ਜਾਂਗਾ, ਇਸ ਵਾਸਤੇ ਵੇਖੀ ਕਿਤੇ ਖਾਈ ਨਾ। ਉਸਨੇ ਕੀ ਕੀਤਾ ਨਾ, ਉਹ ਫਲ ਉੱਥੇ ਰੱਖ ਛੱਡਿਆ ਵੀ ਮੈਂ ਇਹ ਖਾਣਾ ਨਹੀਂ। ਜਦੋਂ ਉੱਥੇ ਰੱਖ ਛੱਡਿਆ ਨਾ, ਉਸ ਰਾਜੇ ਦੀ ਇੱਕ ਗੋਲੀ ਸੀ, ਬਿਰਧ ਅਵਸਥਾ ਸੀ, ਸੇਵਾ ਕਰਦੀ ਸੀ ਜਲ ਪਾਣੀ ਦੀ ਤੇ ਇਸ਼ਨਾਨ ਕਰਾਉਂਦੀ ਸੀ, ਗਰਮ ਪਾਣੀ ਕਰਾ ਕੇ ਆਪਣੇ ਵੱਡਿਆਂ ਰਾਜਿਆਂ ਨੇ ਤੇ ਉਹਦੇ ਪਿਤਾ ਨੂੰ ਦਿਓ, ਉਹਨਾਂ ਨੂੰ ਜਿਸ ਵਕਤ ਉਹ ਇਸ਼ਨਾਨ ਕਰਾਉਂਦੀ ਸੀ ਨਾ, ਅੱਜ ਉਹ ਪੰਡਿਤ ਨੂੰ ਇਸ਼ਨਾਨ ਕਰਾਉਣ ਲੱਗੀ ਗਰਮ ਪਾਣੀ ਕਰਕੇ। ਜਦੋਂ ਪੰਡਿਤ ਛਪੜਾ ਜਨਾਉਣ ਵਾਲਾ ਤੇ ਬਾਹਰ ਸਮਝੋ ਪਹੁੰਚਣ ਵਾਲਾ, ਇਹਨਾਂ ਨੂੰ ਕੀ ਪਤਾ ਹੁੰਦਾ ਕਮੀਨੇ ਬੰਦੇ ਨੂੰ ਉਹਦੇ ਮਨ ਦਾ ਜਿਹੜਾ ਕਮੀਨਾ, ਉਹਨੂੰ ਕੀ ਪਤਾ ਵੀ ਵੱਡੀ ਚੀਜ਼ ਕੀ ਹੁੰਦੀ ਹੈ। ਉਸ ਗੋਲੀ ਨੇ ਜਿਸ ਵਕਤ ਉਹਦੇ ਉੱਤੇ ਪਾਣੀ ਪਾਇਆ ਨਾ, ਜਿਹੜਾ ਸਮਝੋ ਥਰੇ ਪਾਣੀ ਨਾਲ ਨਹਾਉਣ ਵਾਲਾ ਸੀ, ਜਦੋਂ ਉਹਦੇ ਪਿੰਡੇ 'ਚ ਪਾਣੀ ਪਾਇਆ ਨਾ, ਪਾਣੀ ਥੋੜ੍ਹਾ ਜਿਹਾ ਤੱਤਾ ਹੋਣਾ, ਉਹਨੂੰ ਬੜਾ ਤੱਤਾ ਪਾਣੀ ਲੱਗਾ ਤੇ ਉਹ ਗੁੱਸੇ ਵਿੱਚ ਆ ਕੇ ਮਾਰੀ ਉਸ ਗੋਲੀ ਦੇ ਮੂੰਹ ਦੇ ਉੱਤੇ ਖਿੱਚੇ। ਬਦਸਾ ਬੇਸਵਾਦੀ ਕਰ ਛੱਡੀਏ ਸਾਰੀ ਮੇਰੀ, ਇਸ਼ਨਾਨ ਦਾ ਮੇਰਾ ਮਜ਼ਾ ਹੀ ਪਵਾ ਦਿੱਤਾ। ਬੜਾ ਕਮੀਨਾ ਬੰਦਾ, ਆਪਣੇ ਮਰਦ ਮੈਂ ਕੀਤਾ, ਕਹਿੰਦੇ ਨੇ ਜੋ ਮੈਂ ਦੇਹ ਚਾਕਰੀ ਤੇ ਫਿਰ ਕਦੀ ਹੱਥ ਕਰਾਇਆ, ਜੋ ਮੈਂ ਦੇਹ ਚਾਕਰੀ ਤੋ ਠਾਕਰੀ ਯਹੀ ਹੈ ਤੇਰੀ,
ਜਾਵੇ ਮਤ ਹੋਵੇ ਨੈਤ ਆਦਮ ਸ਼ਨਾਸੀ। ਜੇ ਨੌਕਰੀ ਦੇਣੀਆਂ ਤੇ ਆਦਮ ਸ਼ਨਾਸ ਦੀ ਚੌਦਾਂ ਦੀ ਨੌਕਰੀ ਵੀ ਨਾ ਦੇ ਜੇ ਅੱਠੇ ਪੈਰ ਸਮਝੋ ਡੰਡਾ ਲੈ ਕੇ ਮਗਰ ਪਾਉਂਦੇ ਰਹਿਣੇ, ਇਨਸਾਨ ਦੀ ਨੌਕਰੀ ਮਿਲ ਜਾਏ। ਖੈਰ ਮੇਰਾ ਮਤਲਬ ਸੁਣਿਆ ਤੋਂ ਉਹਨੇ ਜੋ ਚਵੇਲ ਚਪੇਟ ਮਾਰੀ ਉਹ ਬੜੀ ਔਖੀ ਹੋਈ। ਉਹ ਕਹਿੰਦੇ ਮੈਂ ਤੇ ਕੋਈ ਰਹਿਣਾ ਹੀ ਨਹੀਂ। ਆਖਰ ਉਹ ਸੁਣਿਆ ਸੀ ਨਾ ਉਸਨੇ ਵੀ ਆਹ ਬਿਰਖ ਫਲ ਹੈ, ਉਹ ਅੰਮ੍ਰਿਤ ਫਲ ਨਹੀਂ ਸੀ ਉਹਨੂੰ ਵੀ ਪਤਾ। ਉਹਨਾਂ ਦੀ ਬਿਰਖ ਫਲ ਜਿਹੜਾ ਉਹ ਐਵੇਂ ਜੂ ਕਿਸੇ ਨੂੰ ਰੱਖੇ ਮੈਂ ਖਾ ਦਿੰਦਾ। ਉਹ ਜਿਸ ਵਕਤ ਉਸਨੇ ਉਹ ਅੰਮ੍ਰਿਤ ਫਲ ਜਾ ਕੇ ਜਿਹੜਾ ਬਿਰਖ ਫਲ ਉਹ ਖਾ ਰਿਹਾ ਤੇ ਖਾ ਕੇ ਲੈ ਕੇ ਕੱਪੜਾ ਲੰਮੀ ਪੈ ਗਈ। ਜਦੋਂ ਲੰਮੀ ਪੈ ਗਈ ਤੇ ਉਹਨੂੰ ਨੀਂਦਰ ਆ ਗਈ। ਨੀਂਦਰ ਆ ਗਈ ਤੇ ਵਾਹਵਾ ਚਿਰ ਸੁੱਤੀ ਰਹੀ। ਜਦੋਂ ਸੌਂ ਗਈ ਤੇ ਕੁਝ ਮਿੰਟਾਂ, ਦਸਾਂ ਮਿੰਟਾਂ, ਪੰਦਰਾਂ ਮਿੰਟਾਂ, ਵੀਹਾਂ ਮਿੰਟਾਂ, ਅੱਧੇ ਘੰਟੇ, ਪੌਣੇ ਘੰਟੇ ਬਾਅਦ ਜਾਗੀ। ਸਰੀਰ ਸੁੰਦਰ, ਬੁਢਾਪਾ ਕਿਤੇ ਗਿਆ, ਜਵਾਨੀ ਆ ਗਈ ਹੈ ਬਹੁਤ। ਉਹ ਅਮਰ ਫਲ ਵੀ ਖਾ ਬੈਠੀ ਸੀ। ਉਹ ਇਸ ਤਰ੍ਹਾਂ ਦੀ ਫਿਰ ਰਾਜੇ ਦੇ ਕੋਲ ਚਲੀ ਗਈ ਕੋਈ ਚੀਜ਼ ਲੈ ਕੇ। ਰਾਜਾ ਕਹਿੰਦਾ ਉਹ ਪੰਡਿਤ ਕੋਲ ਤੂੰ ਕੌਣ ਹੈ? ਅਸੀਂ ਕਿਹੜੀ ਜਿਹਦੇ ਚਪੇੜ ਮਾਰੀ ਜਾ ਰਹੇ? ਹਜੂ ਤੇ ਬਿਰਧ ਹੈ। ਅਸੀਂ ਉਹ ਜਿਹੜਾ ਤੁਸੀਂ ਬਿਰਧ ਫਲ ਆਖਿਆ ਸੀ ਨਾ, ਮੈਂ ਆਖਿਆ ਖਾ ਕੇ ਮਰ ਜਾਵਾਂ, ਉਹ ਮੈਂ ਖਾ ਲਿਆ ਤੇ ਮੈਂ ਤੇ ਜਿਹਨੂੰ ਜਾਗੀ ਹਾਂ ਤੇ ਮੈਂ ਓਹੋ ਆਂਦਾ ਰਾਜਾ ਸੱਚਾ ਸੀ ਮੈਂ ਜੂ। ਇਹ ਤੇ ਅਮਰ ਫਲ ਸੀ। ਬੜੀ ਬੁਰੀ ਗੱਲ ਫਿਰ ਜਿਹੜੇ ਮੈਂ ਖਾਧਾ। ਆਹਦਾ ਮੈਂ ਰਾਜੇ ਦੇ ਕੋਲ ਹੁਣ ਜਾਗਾ ਵੀ ਉਹਨਾਂ ਨੇ ਮੈਨੂੰ ਹੋਰ ਅੰਮ੍ਰਿਤ ਫਲ ਲਿਆ। ਉਹ ਫਿਰ ਪੰਡਿਤ ਤੁਰ ਪਿਆ ਰਾਜੇ ਦੀ ਤਲਾਸ਼ ਵਾਸਤੇ। ਜਦੋਂ ਰਾਜੇ ਦੀ ਤਲਾਸ਼ ਵਾਸਤੇ ਤੁਰਿਆ ਤੁਰਿਆ ਲੱਭਦਾ 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 ਰਾਜਾ ਰਘੂ ਰਾਜੇ ਦੇ ਕੋਲ ਪੰਡਿਤ ਚਲਾ ਜਾ ਕੇ ਫਿਰ ਉਹਨੇ ਨਮਸਕਾਰ ਕੀਤੀ। ਕਹਿੰਦਾ ਰਾਜਾ ਮੈਂ ਬੜਾ ਭੁੱਲ ਗਿਆ, ਉਹ ਜਿਹੜਾ ਤੂੰ ਫਲ ਦਿੱਤਾ ਸੀ ਉਹ ਮੈਂ ਤੈਨੂੰ ਇੱਕ ਫਲ ਸਮਝਿਆ ਸੀ ਤੇ ਹੈ ਸੀ ਉਹ ਅਮਰ ਫਲ, ਤੇ ਮੈਨੂੰ ਇੱਕ ਹੋਰ ਫਲ ਲਿਆ ਕੇ ਦੇ ਉਹਦੇ ਨਾਲ ਦਾ। ਜੇ ਨਾ ਲਿਆ ਕੇ ਦੇਗਾ ਉਸੇ ਤਰ੍ਹਾਂ ਕਿਹਾ ਬਣਾ ਕੇ ਤੇ ਮੈਂ ਉਹਦੇ ਉੱਤੇ ਸਮਝੋ ਬਹਿ ਕੇ ਤੇ ਸੱਜਾ ਨਾਸ ਆਪਣਾ ਕਰ ਦਾਂਗਾ ਤੇ ਤੇਰਾ ਰਾਜ ਸਾਰਾ ਤੇਰਾ ਜੋ ਕੁਝ ਵਗਾ ਵਿੱਚਾ ਨਾਸ ਕਰ ਦਿਆਂਗਾ ਤੇ ਜੇ ਮੈਨੂੰ ਉਹਦੇ ਨਾਲ ਦਾ ਫਲ ਲਿਆ। ਬੜਾ ਚੰਦਰਾ ਪੰਡਿਤ ਟੱਕਰਿਆ ਬਈ, ਇਸ ਤਰ੍ਹਾਂ ਦਾ ਬੰਦਾ ਕਿਹੜੇ ਟੱਕਰੀਦਾ? ਉਹ ਆਂਦਾ ਮੇਰੇ ਕੋਲ ਤੇ ਫਲ ਨਹੀਂ ਸੀ, ਮੈਂ ਤੇ ਤਰ੍ਹਾਂ ਉਹ ਹੰਸ ਤੇ ਹੰਸ ਨੇ ਦਿੱਤਾ ਸੀ ਤੇ ਮੈਂ ਤੇਰਾ ਇਸ ਵਾਸਤੇ ਵੀ ਚਲੋ ਸੁੱਖ ਦੇ ਲੈ ਰਹਾਂਗਾ, ਚਾਰ ਦਿਨ ਜ਼ਿੰਦਗੀ ਤੇਰੀ ਚੰਗੀ ਰਹੇਗੀ ਤੇ ਮੇਰੇ ਕੋਲ ਤੇ ਉਹ ਫਲ ਨਹੀਂ। ਕਹਿੰਦਾ ਕਿਤੋਂ ਵੀ ਲਿਆ ਕੇ ਦੇ। ਕਹਿੰਦਾ ਹਾਂ ਚੱਲ ਮੇਰੇ ਨਾਲ ਤੇ ਹੰਸ ਤੇ ਹੰਸ ਦੀ ਗੋਲ ਨੇ, ਚੱਲ ਜੇ ਉਹਨਾਂ ਕੋਲ ਮਿਲ ਗਿਆ ਤੇ ਤੈਨੂੰ ਲੈ ਗਿਆ। ਉਹ ਫਿਰ ਪੰਡਿਤ ਤੇ ਰਾਜਾ ਹੰਸ ਤੇ ਹੰਸ ਜੀ ਕੋਲ ਜਿਸ ਵਕਤ ਉੱਥੇ ਗਏ ਉਹਨਾਂ ਨੇ ਜਾ ਕੇ ਆਖਿਆ ਆਓ ਜੀ ਕਿਸ ਤਰ੍ਹਾਂ ਆਇਓ? ਅਸੀਂ ਆਏ ਇਸ ਤਰ੍ਹਾਂ ਹੋਰ ਅੜਿੱਚੜ ਪੈ ਗਈ ਆ, ਪੰਡਿਤ ਗੱਲ ਪੈ ਗਿਆ ਤੇ ਕਿਰਪਾ ਕਰੋ ਤੇ ਉਹ ਫਲ ਜਿਹੜਾ ਨਾ ਅਮਰ ਫਲ ਜਿਹੜਾ ਦਿੱਤਾ ਸੀ ਉਹਦੇ ਨਾਲ ਦਾ ਇੱਕ ਹੋਰ ਲਿਆ। ਉਹ ਕਹਿੰਦੇ ਨੇ ਅਸਾਂ ਤੇ ਸਾਨੂੰ ਬ੍ਰਹਮਾ ਕੋਲ ਮਿਲਿਆ ਸੀ ਤੇ ਸਾਡੇ ਕੋਲ ਤੇ ਉਹ ਕੋਈ ਨਹੀਂ, ਤੇ ਉਹ ਹੀ ਉਨੇ ਸਨ, ਦੋ ਸਨ, ਅੱਧਾ ਅੱਧਾ ਬੱਚਿਆਂ ਨੂੰ ਦੇ ਛੱਡਿਆ ਸੀ, ਇੱਕ ਤੁਹਾਨੂੰ ਦੇ ਛੱਡਿਆ ਸੀ, ਸਾਡੇ ਕੋਲ ਫਲ ਹੀ ਕੋਈ ਨਹੀਂ। ਉਹ ਕਹਿੰਦੇ ਨੇ ਚਲੋ ਫਿਰ ਬ੍ਰਹਮਾ ਕੋਲ ਚਲੀਏ। ਪੰਡਿਤ ਵੀ ਤੇ ਰਾਜਾ ਵੀ ਹੰਸ ਹੰਸ ਵੀ ਨਾਲ ਬ੍ਰਹਮਾ ਕੋਲ ਚਲੇ ਗਿਆ। ਉੱਥੇ ਜਾ ਕੇ ਨਮਸਕਾਰ ਕੀਤੀ ਬ੍ਰਹਮਾ ਜੀ। ਕੋਈ ਕਹਿੰਦੇ ਨੇ ਮਹਾਰਾਜ ਉਹ ਫਲ ਦੇ ਦਿਓ ਇੱਕ, ਇਹਨੂੰ ਸਾਡੇ ਘਰ ਲਾਓ, ਇਹ ਸੰਦਾ ਨਹੀਂ ਫੇਰ ਆਉਂਦਾ ਮੈਂ ਸ਼ਰਾਬ ਦਿਆਂਗਾ, ਮਰ ਜਾਵਾਂਗਾ। ਡਰਦੇ ਸਨ ਸ਼ਰਾਬ ਤੋਂ, ਥੋੜ੍ਹੇ ਸ੍ਰਿਸ਼ ਤੋਂ ਬੜਾ ਡਰਦੇ ਸਨ ਉਸ ਵਕਤ ਦੇ ਲੋਕ ਵੀ ਸਾਨੂੰ ਵੱਧ ਅਸੀਸ ਨਾ ਦੇ ਦੇਣ। ਉਹ ਕਹਿੰਦੇ ਨੇ ਇਹ ਮੇਰੇ ਕੋਲ ਤਾਂ ਫਲ ਕੋਈ ਨਹੀਂ, ਇਹ ਮੈਨੂੰ ਤੇ ਸ਼ਿਵਜੀ ਭਗਵਾਨ ਨੇ ਫਲ ਦਿੱਤਾ ਸੀ ਤੇ ਉਹਨਾਂ ਕੋਲ ਮੈਂ ਲਿਆ ਸੀ ਤੇ ਮੈਂ ਆਖਿਆ ਚਲੋ ਤੁਹਾਨੂੰ ਦੇ ਛੱਡਣਾ। ਉਹ ਆਖਦੇ ਨੇ ਚਲੋ ਫਿਰ ਸ਼ਿਵਜੀ ਭਗਵਾਨ ਕੋਲ ਚਲੀਏ। ਉਹ ਸਾਰੇ ਬਣੇ ਪੱਤਰੇ ਫਿਰ ਸ਼ਿਵਜੀ ਭਗਵਾਨ ਕੋਲ ਚਲੇ ਗਏ। ਉਹਨਾਂ ਅੱਗੇ ਵੀ ਜਾ ਕੇ ਅਰਜ ਕੀਤੀ ਕਿ ਮਹਾਰਾਜ ਕਿਰਪਾ ਕਰੋ ਤੇ ਅੜਚਣ ਪੈ ਗਈ ਇਹਦੇ ਫਲ ਇੱਕ ਦੇ ਦਿਓ। ਉਹ ਕਹਿੰਦੇ ਨੇ ਮੇਰੇ ਕੋਲ ਤੇ ਕੋਈ ਫਲ ਨਹੀਂ, ਮੈਂ ਤੇ ਵਿਸ਼ਨੂੰ ਭਗਵਾਨ ਕੋਲ ਲਿਆ ਸੀ ਫਲ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਉਹ ਮੈਨੂੰ ਮਿਲਿਆ ਤੁਹਾਡਾ ਸਤਿਕਾਰ ਵਾਸਤੇ। ਬ੍ਰਹਮਾ ਜੀ ਮੈਂ ਤੁਹਾਡਾ ਸਤਿਕਾਰ ਪਿਆਰ ਵਾਲੇ ਥਾਂ ਚੰਗੀ ਚੀਜ਼ ਦੇ ਦਈਏ, ਤੁਹਾਡਾ ਮੇਰੇ ਨਾਲ ਪਿਆਰ ਹੈ ਇਸ ਵਾਸਤੇ ਮੈਂ ਤੁਹਾਨੂੰ ਚੰਗੀ ਚੀਜ਼ ਦੇ ਦਿੱਤੀ ਹੈ। ਕਹਿੰਦੇ ਨੇ ਚਲੋ ਫਿਰ ਸਾਰੇ ਵਿਸ਼ਨੂੰ ਭਗਵਾਨ ਕੋਲ ਚਲੀਏ। ਸਾਰੇ ਵਿਸ਼ਨੂੰ ਭਗਵਾਨ ਚਲੇ ਕੋਲ ਚਲੇਗਾ। ਜਦੋਂ ਸਾਰਾ ਜਮਗੱਠਨ ਵਿਸ਼ਨੂੰ ਭਗਵਾਨ ਕੋਲ ਚਲਾ ਗਿਆ ਤੇ ਜਾ ਕੇ ਬਹਿ ਗਿਆ, ਨਮਸਕਾਰ ਕੀਤੀ, ਗੱਲਾਂ ਬਾਤਾਂ ਕਰਨ ਲੱਗ ਪਿਆ। ਕਹਿੰਦੇ ਨੇ ਆਓ ਜੀ ਕਿਸ ਤਰ੍ਹਾਂ ਆਇਓ? ਅਸੀਂ ਉਹ ਫਲ ਚਾਹੀਦਾ ਇੱਕ, ਤੇ ਕਿਰਪਾ ਕਰੋ ਤੇ ਤੁਸੀਂ ਰਹਿਮ ਕਰੋ। ਉਹ ਕਹਿੰਦੇ ਨੇ ਇੱਕ ਫਲ ਆ ਬੂਹਾ ਲਾਓ ਤੇ ਅੱਗੇ ਬਾਗ ਹੈ, ਉਹ ਫਲ ਹੀ ਫਲ ਜਿੰਨੇ ਮਰਜ਼ੀ ਜੀ ਉੱਥੋਂ ਤੁਸੀਂ ਅੰਮ੍ਰਿਤ ਫਲ ਲੈ ਲਓ। ਉਹ ਬੜੀ ਖੁਸ਼ ਹੋ ਗਿਆ, ਅਸੀਂ ਚੰਗਾ ਹੀ ਪਿਆ। ਉਹ ਜਿਸ ਵਕਤ ਜਾ ਕੇ ਉੱਥੇ ਬੂਹਾ ਲਾ ਕੇ ਅੰਦਰ ਜਾਣ ਲੱਗੇ ਨਾ ਤੇ ਪਹਿਰੇਦਾਰ ਜਿਹੜਾ ਸੀ ਨਾ ਉਹ ਕਿਸੇ ਨੂੰ ਅੰਦਰ ਨਾ ਜਾਣ ਦਿੱਤੇ। ਭਗਵਾਨ ਨੇ ਆਖਿਆ ਸਾਡੇ ਕਹਿੰਦਾ ਵਿਸ਼ਨੂੰ ਭਗਵਾਨ ਨੇ ਤੇ ਆਖਿਆ ਬਾਰ ਇਹ ਜਿਹੜਾ ਬਾਗ ਹੈ ਨਾ ਰਘੂ ਰਾਜੇ ਦਾ ਹੋਰ ਕਹਿੰਦੇ ਨੇ ਉਹਨੇ ਦਾਨ ਕੀਤਾ ਬਗੈਰ ਨਹੀਂ ਸਕਦਾ। ਉਹਨੇ ਬੜਾ ਦਾਨ ਕੀਤਾ ਸੰਸਾਰ ਤੇ, ਉਹਦੇ ਉਹਦੀ ਕਿਰਪਾ ਨਾਲ ਉਹ ਦਾਨੀ ਦੀ ਕਿਰਪਾ ਨਾਲ ਬਣਿਆ। ਉਹ ਰਘੂ ਰਾਜੇ ਨੂੰ ਸੱਦਿਆ, ਉਹਦੇ ਰਾਜ ਸੀ ਰਘੂ ਰਾਜਾ ਆ ਗਿਆ ਤੇ ਜਦੋਂ ਵੇਖੇ ਤੇ ਫਲ ਬੜੇ ਸੋਹਣੇ। ਪੰਡਿਤ ਫਿਰ ਵਿਪਰ ਗਿਆ, ਕਹਿੰਦਾ ਉਹਨੇ ਮੇਰੇ ਨਾਲ ਧੋਖਾ ਕੀਤਾ ਜੀ, ਉਹ ਝੂਠਾ ਰਾਜ ਮੈਨੂੰ ਦੇ ਛੱਡਿਆ ਤੇ ਸੱਚਾ ਰਾਜ ਆਪ ਲੈ ਲਿਆ। ਉੱਥੇ ਕੁਝ ਵੀ ਨਹੀਂ ਸੀ, ਦੁਨੀਆਂ ਦਾ ਰਾਜ ਛਿੱਤਰ ਖਾਣ ਨੂੰ ਤੇ ਬਦਨਾਮੀ ਕਰਨ ਨੂੰ ਤੇ ਐਵੇਂ ਕਰਕੇ ਜਿਹੜਾ ਅਸਲੀ ਰਾਜ ਹੈ ਤੇਰਾ ਉਹ ਤੇ ਮੈਨੂੰ ਦਾਨ ਨਹੀਂ ਕੀਤਾ। ਕਹਿੰਦਾ ਜਾਂ ਇਹ ਵੀ ਦਾਨ ਕਰਦੇ ਨਹੀਂ ਤੇ ਫਿਰ ਤੈਨੂੰ ਮੈਂ ਸ਼ਰਾਬ ਦਿਆਂਗਾ ਤੇ ਉਸੇ ਤਰ੍ਹਾਂ ਸੜ ਜਾਊਂਗਾ, ਮੈਂ ਸਮਝ ਰੋਕ ਕੇ ਲਵਾਂ ਮੈਂ।
ਮੈਂ ਚਿਖਾ ਤੇ ਚੜ ਕੇ ਫਿਰ ਸੜ ਜਾਊਂਗਾ, ਨਹੀਂ ਤੇ ਉਸੇ ਤਰ੍ਹਾਂ ਮੈਨੂੰ ਆਹ ਦਾਨ ਕਰ ਦੇ। ਸੰਤ ਜੀ ਪ੍ਰਕਿਰਤੀ ਆਦਿ ਭੂਤਾਨੀ ਨਹੀਂ ਗ੍ਰਹਾ ਕੇ ਕ੍ਰਿਸ਼ਨ ਕਹਾ ਖੜੇ ਕੋ ਯਤਨ ਪ੍ਰਕਿਰਤੀ ਨਾ ਬਦਲੇ ਕੋਏ ਸਾਰੇ ਸਦਾ ਸਦੇ ਮੇ ਜੀਵ ਨਾ ਚਿਕਨੀ ਹੋਏ ਵਾਰ ਸ਼ਾਹ ਨਾ ਜਾਂਦੀਆਂ ਆਤਾਂ ਨੇ ਭਾਵੇਂ ਕੱਟੀਏ ਪੋੜੀਆ ਪੋੜੀ। ਚੋਰੀ ਕਰਨ ਵਾਲਾ ਚੋਰੀ ਕਦੋਂ ਹਟਦਾ ਹੀ ਨਹੀਂ, ਦਾਨ ਕਰਨ ਵਾਲਾ ਦਾਨ ਕਰਨ ਤੋਂ ਨਹੀਂ ਹਟਦਾ, ਨਿੰਦਕ ਆਦਮੀ ਹਿੰਦਿਆ ਤੋਂ ਨਹੀਂ ਹਟਦਾ, ਈਰਖਾ ਕਰਨ ਵਾਲਾ ਈਰਖਾ ਤੋਂ ਹੈ ਨਹੀਂ। ਜੋ ਵੀ ਕਿਸੇ ਦੀ ਆਦਤ ਚੰਗੀ ਬੰਦੀ ਬਣ ਗਈ ਹੈ ਸੱਚ ਉਹਦਾ ਸਵਾਲ ਬਣ ਜਾਂਦਾ ਉਸੇ ਤਰ੍ਹਾਂ ਦਾ। ਕਈਆਂ ਦਾ ਕੰਮ ਨੇ ਇੱਧਰ ਵੀ ਲਾ ਦੇਣੀ ਉੱਧਰ ਵੀ ਲਾ ਦੇਣੀ, ਉਹ ਵੀ ਗੁਰਮੁਖ ਨਾਲ ਦੇ ਇੱਥੇ ਹੀ ਰਹਿੰਦੇ ਨੇ, ਜਿੱਥੇ ਹੀ ਪਾਉਂਦੇ ਫਿਰਦੇ ਨੇ ਮੇਰੇ ਵਿੱਚ। ਮੇਰਾ ਮਤਲਬ ਸਟੈਂਡ ਤੋਂ ਹੁਣ ਰਾਜਾ ਦਾਨੀ ਸੀ, ਉਹ ਦਾਨ ਕਰਨਾ ਜਾਣਦਾ ਸੀ, ਉਹ ਕਹਿੰਦਾ ਲਿਆਓ ਮੈਂ ਹੁਣੇ ਦਾਨ ਕਰ ਦੇਣਾ। ਜਦੋਂ ਉਹ ਜੇ ਆਖਦਾ ਮੈਂ ਦਾਨ ਕਰ ਦੇਣਾ, ਵਿਸ਼ਨੂੰ ਸ਼ਿਵ ਜੀ ਬ੍ਰਹਮਾ ਸਾਰੇ ਦੇਵਤੇ ਆ ਇਕੱਠੇ ਹੋਏ, ਉਹ ਕਹਿੰਦੇ ਨੇ ਉਹ ਰਾਜਾ ਇਹ ਕੰਮ ਨਾ ਕਰ, ਕਿਉਂ ਨਾ ਕਰਾਂ, ਇਹ ਮਾਤਰੂ ਜਿਹੜਾ ਦਾਨ ਕਰਦਾ ਉਹਨੂੰ ਕਿਤੇ ਸਵਰਗਾਂ ਦੀ ਜਗ੍ਹਾ ਮਿਲਦੀ ਹੈ, ਉਹਦਾ ਜਿਹੜਾ ਇੱਥੇ ਸਵਰਗ ਹੀ ਦਾਨ ਕਰ ਜਾਏਗਾ ਉਹਨੂੰ ਅੱਗੇ ਕਿੱਥੇ ਅਸੀਂ ਕਰ ਸਕਦੇ, ਇਹਦੂ ਗਾਂ ਕੋਈ ਥਾਂ ਨਹੀਂ, ਇਸ ਵਾਸਤੇ ਤੂੰ ਮਿਹਰਬਾਨੀ ਕਰ ਦੇ। ਕਹਿੰਦਾ ਭਾਵੇਂ ਸੌ ਵਾਰੀ ਆਖੋ ਮੇਰਾ ਦੱਸੋ, ਜਿਹਨਾਂ ਨੇ ਦਾਨ ਕਰਨਾ ਮੈਂ ਕਰਦੇ ਰਹਿਣਾ, ਗਾਦੇ ਦੇ ਕੱਪੜੇ ਥਾਂ ਕੇ ਸੰਜੀ ਉਹ ਦਾਨ ਕਰ। ਔਰ ਦਾਨੀ ਦਾ ਜਸ ਦਾ ਸ਼ੂਕ ਦਾ ਭਾਵੇਂ ਨਾਮ ਕਿੰਨਾ ਵੀ ਜਾਂਦਾ, ਇੱਕ ਪੁੱਠਾ ਕੱਟ ਕੇ ਵੀ ਨਾਮ ਜਪੇ ਨਾ ਸੰਜੀ ਉਹਦਾ ਜਸ ਨਹੀਂ ਹੋ ਸਕਦਾ ਜਿਹੜਾ ਦਾਨ ਨਹੀਂ ਕਰਦਾ। ਉਹਦੇ ਤੇ ਫਿਰ ਕਦੇ ਅਰਥ ਕਰਾਂਗਾ, ਸ਼ੂਮ ਤੇ ਜਿਉਂ ਜਸ, ਵਿਯੋਗ ਤੇ ਜਿਉਂ ਰਸ, ਪੂਤ ਕਪੂਤ ਤੇ ਵੰਸ ਜਿਉ ਹਾਨੇ, ਧਰਮ ਜਿਉ ਕ੍ਰੋਧ ਤੇ ਭਰਮ ਸਿਉ ਬੁੱਧ ਤੇ ਚੰਡ ਦਾ ਦੁੱਧ ਯੁੱਧ ਤੇ ਜੈਤ ਪੁਰਾਣੇ। ਫਿਰ ਮੇਰੀਆਂ ਭਗਤੀਆਂ ਮੈਨੂੰ ਆਸਤ ਭਗਤੀਆਂ ਦੇ ਮਾਸ ਲੈਂਦੀ ਅਜੇ ਮੈਨੂੰ ਦੱਸਿਆ, ਮੈਂ ਇਹਨਾਂ ਕੋਲ ਪੁੱਛ ਲੈਣਾ ਇੱਥੇ ਆ ਕੇ ਮੈਂ ਅਰਜਾ ਕਰਦਾ ਮੈਨੂੰ ਕਿਹੜਾ ਕੋਈ ਡਾਊਨ ਦੇ। ਮਤਲਬ ਸਿਰਫ ਕਹਿਣ ਹੋਏ ਸੀ ਉਹ ਆਉਂਦਾ ਮੈਂ ਤਾਂ ਜ਼ਰੂਰ ਦਾਨ ਕਰਾਂਗਾ, ਉਹ ਸਾਰੇ ਆਖਦੇ ਜੀ ਇਸ ਨੇ ਵੀ ਦਾਨ ਕਰ ਦਿੱਤਾ ਤੇ ਫਿਰ ਕੀ ਕਰਾਂਗੇ। ਉਹਨਾਂ ਫਿਰ ਆਖਿਆ ਮਹਾਰਾਜ 6000 ਇਫਸਾਨਾ ਤੁਸੀਂ ਲੈ ਲਓ, ਦਾਨ ਤਾਂ ਉਹਨਾਂ ਨੇ ਕਰ ਹੀ ਦਿੱਤਾ, ਉਹ ਆਖਦੇ ਹੁਣ ਇਹਨੂੰ ਕੀ ਇਫਸਾਨਾ ਦਿਓਗੇ, ਕਾਹਦੇ ਵਾਸਤੇ ਤੁਸੀਂ ਇੱਥੇ ਇਹਨੂੰ ਜਿਹੜਾ ਦਾਨ ਕੀਤਾ ਇਹਦਾ ਅੱਗੋਂ ਕੀ ਫਲ ਦਿਓਗੇ। ਵਿਸ਼ਨੂੰ ਭਗਵਾਨ ਕਹਿੰਦੇ ਨੇ ਹੋਰ ਕੋਈ ਫਲ ਨਹੀਂ ਮੈਂ ਦੇ ਸਕਦਾ, ਇਹਨੂੰ ਵੱਡਾ ਕੋਈ ਫਲ ਨਹੀਂ, ਮੈਂ ਇੰਨਾ ਕਰ ਸਕਣਾ, ਹੁਣ ਮੈਂ ਆਪ ਇਹਦੀ ਅੰਸ ਵਿੱਚ ਪੁੱਤਰ ਬਣ ਕੇ ਜਾ ਕੇ ਉਤਾਰਦਾ, ਇਹਦੇ ਦਾਨ ਦੀ ਕਿਰਪਾ ਨਾਲ ਇਹਦੂ ਗਾਹ ਕੋਈ ਦਾਨ ਨਹੀਂ ਤੇ ਮੈਂ ਪੁੱਤਰ ਬਣਾਂਗਾ ਇਹਦੇ ਘਰ ਤੇ ਨਹੀਂ, ਜੇ ਅੱਗੋਂ ਇਹਦੀ ਅੰਸ ਦੇ ਵਿੱਚ ਪੁੱਤਰ ਬਣ ਕੇ ਸੰਸਾਰ ਤੇ ਜਾਵਾਂਗਾ। ਉਹ ਫਿਰ ਰਾਘੂ ਦੇ ਘਰ ਅੱਜ ਹੋਇਆ ਤੇ ਅੱਜ ਦੇ ਘਰ ਦਸ਼ਰਤ ਹੋਇਆ ਤੇ ਉਹ ਕਹਿੰਦੇ ਨੇ ਦਸ਼ਰਤ ਜੇ ਦਵਾਂਦੇ ਨੇ ਆ ਰਾਜ ਨੂੰ ਬ੍ਰਿਧ ਪੰਡਿਤ ਦੱਸਦਾ, ਕਹਿੰਦਾ ਆ ਰਾਜ ਤੇਰੀ ਘਰ ਜਿਹੜਾ ਭਗਵਾਨ ਆਇਆ ਤੇਰੇ ਦਾਦੇ ਦੀ ਪੜਦਾਦੇ ਦਾਦੇ ਦੀ ਦਾਨ ਦੀ ਕਿਰਪਾ ਨਾਲ ਆਇਆ, ਇਸ ਵਾਸਤੇ ਜਿਹਨੂੰ ਕਰਨਾ ਤੇ ਹੋਰ ਦਾਨ ਕਰਿਆ ਕਰ, ਇਸ ਪਾਸੇ ਨੂੰ ਤੁਰ ਜੇ ਚੰਗਾ ਕੰਮ ਕਰਨਾ। ਸੋ ਦਾਨੀ ਪੁਰਸ਼ ਹੈ ਜਿਹੜਾ ਉਹ ਸਭ ਤੋਂ ਉੱਤੇ ਚਲਾ ਜਾਂਦਾ ਤੇ ਮੈਂ ਤਾਂ ਪਿਆਰ ਦਾ ਕਰਦਾ ਹਾਂ। ਉਹ ਤੇਰੇ ਗੁਣ ਗੁਰ ਮੁਖ ਦੇ ਉਤੇ ਨਾਮ ਦਾਨ ਇਸ਼ਨਾਨ, ਤੇਰੇ ਗੁਣ ਗੁਰ ਮੁਖ ਦੇ ਉਤੇ ਨਾਮ ਦਾਨ ਇਸ਼ਨਾਨ, ਸਭ ਮਾਈ ਕਰਕੇ ਆਖੋ ਤਾਂ ਸਰੀਰ ਸਭ ਪ੍ਰਕਾਰ
ਉਹ ਸੱਚ ਹੀ ਕਹਿੰਦੇ ਨੇ, ਕਹਿੰਦੇ ਨੇ ਸਾਰੇ ਕਹੋ ਸੁਣ ਰਹੇ ਹੋ ਸਭਾ, ਇੱਕ ਨਹੀਂ ਫਿਰ ਸੰਦੀਪ ਸੁਣ ਸਿੰਘ ਸੁਣ ਲੈ ਜਾਂ ਤਰਸੇਮ ਸਿੰਘ ਸੁਣ ਲੈ ਜਾਂ ਤੀਮਾ ਜੀ ਸੁਣ ਲੈ ਜਾਂ ਪਿਆਰ ਦੇ ਫਲਾਣਾ ਦੇਖਣਾ, ਇਹ ਨਹੀਂ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭਾ ਜਨ ਕੀ ਜਿਨ ਪ੍ਰੇਮ ਕੀ ਉਹ ਜਨ ਕਰਨ ਦੀ ਜੀ ਉਸਨੂੰ ਕੋਈ ਕੋਲੋਂ ਨਹੀਂ ਲਾ ਲੈ ਜਿਨ ਪ੍ਰੇਮ ਕੀ ਉਹ ਕਿਨ ਹੀ ਪ੍ਰਭ ਪਾਇਓ ਜਿਸਨੇ ਪਿਆਰ ਕੀਤਾ ਉਸ ਨੇ ਪ੍ਰਭੂ ਨੂੰ ਪਿਆਇਆ ਭਗਵਾਨ ਪਿਆਰ ਦੇ ਵਸ ਹੈ ਤੇ ਅੰਗਰੇਜ਼ੀ ਵਾਲੇ ਕਹਿੰਦੇ ਨੇ ਗਾਡ ਇਜ਼ ਲਵ ਐਂਡ ਲਵ ਇਜ਼ ਗਾਡ ਇਹ ਪਿਆਰ ਇੱਕ ਉਹ ਚੀਜ਼ ਹੈ ਜਿਹਦੀ ਵਿਆਖਿਆ ਨਹੀਂ ਹੋ ਸਕਦੀ ਨੈਵਰ ਟੂ ਸੀਕ ਟੈਲ ਦਾ ਹੀ ਲਵ ਲਵ ਦੈਟ ਨੈਵਰ ਡੋਂਟ ਕੈਨ ਬੀ ਫਾਰ ਦੀ ਜੈਂਟਲ ਵਿੰਡ ਦੈਟ ਮੂਵ ਸਾਇਲੈਂਟਲੀ ਇਨ ਇਨਵਿਜ਼ੀਬਲ ਸ਼ਾਸਤਰ ਚ ਲਿਖਿਆ ਅਨਿਰਵਚਨੀਯਮ ਪ੍ਰੇਮ ਸਰੂਪ ਫਾਰਸਵਰ ਕਹਿੰਦੇ ਨੇ ਹਰ ਚੇ ਕੋਈ ਮਿਸ਼ਕਰਾਜ ਸ਼ਰ ਹੋ ਗਿਆ ਚੂੰ ਮਿਸ਼ ਬਾਦ ਬਾਸ਼ਤ ਇਲਮ ਮੈਂ ਜੇ ਪਿਆਰ ਦੇ ਮਜ਼ਮੂਨ ਤੇ ਵਿਆਖਿਆ ਕਰਨੀ ਸ਼ੁਰੂ ਕਰਦਾ ਕੋਈ ਵਿਦਵਾਨ ਕਹਿੰਦਾ ਤੇ ਮੇਰਾ ਹਾਲਤ ਹੋ ਜਾਂਦਾ ਕਲਮ ਕਿਤੇ ਡਿੱਗ ਪੈਂਦੀ ਹੈ ਕਾਗਜ਼ ਕਿਤੇ ਡਿੱਗ ਪੈਂਦਾ ਦੁਆਤ ਕਿਤੇ ਡਿੱਗ ਪਈ ਹੈ ਤੇ ਜਿਸ ਤਰ੍ਹਾਂ ਦਲਦਲ ਚ ਫਸਿਆ ਖੋਤਾ ਹੱਥ ਪੈਰ ਮਾਰਦਾ ਤੈਨੂੰ ਪਤਾ ਨਹੀਂ ਮੈਂ ਕਿੱਧਰ ਜਾਣਾ ਮੈਂ ਨਾ ਲਿਖਾਂ ਕੀ ਪ੍ਰੇਮ ਤੇ ਕਹਿੰਦੇ ਨੇ ਢਾਈ ਅੱਖਰ ਪ੍ਰੇਮ ਦੇ ਤੇ ਪੜੇ ਸੋ ਪੰਡਿਤ ਲੈਕਚਰ ਕਰਨ ਵਾਲਾ ਨਹੀਂ ਜਿੱਥੇ ਪੰਡਿਤ ਕਥਾ ਕਰਨ ਵਾਲਾ ਖੰਡ ਪਾਠੀ ਧਿਆਇਆ ਮਾਰਨ ਵਾਲਾ ਉਹ ਸੱਚੀ ਗਿਆਨੀ ਦੇ ਪੰਡਿਤ ਦੋ ਸਟੇਜਾਂ ਹੁੰਦੀਆਂ ਨੇ ਗਿਆਨੀ ਕੋਲੋਂ ਡਰਦੇ ਨੇ ਬੰਦੇ ਤੇ ਪੰਡਿਤ ਕੋਲ ਭੱਜ ਕੇ ਜਾਂਦੇ ਨੇ ਕਿਉਂਕਿ ਇਹਦੇ ਫਿਰ ਕਦੀ ਮੈਂ ਦੱਸਾਂਗਾ ਕਿ ਗਿਆਨੀ ਕੀ ਕਰਦਾ ਤੇ ਪੰਡਿਤ ਕੀ ਕਰਦਾ ਪੰਡਿਤ ਕੋਲ ਧੱਕੇ ਨਾਲ ਜਾਂਦੇ ਨੇ ਤੇ ਗਿਆਨੀ ਕੋਲੋਂ ਡਰਦੇ ਨੇ ਮਿਸਾਲ ਵੀ ਕਹਿੰਦੇ ਸਾਨੂੰ ਗਿਆਨ ਦੀ ਫਾਇਜ ਨਾ ਪਾ ਛੱਡੇ ਤੇ ਪੰਡਿਤ ਜਿਹੜੇ ਨੇ ਉਹ ਤਾਂ ਜੋ ਕੁਝ ਕਰਦੇ ਨੇ ਤੁਹਾਨੂੰ ਪਤਾ ਉਹ ਦੂਜੇ ਪਾਸੇ ਲਾ ਦੇਣ ਉਹ ਵੀ ਆਨੰਦ ਲੈਂਦੇ ਨੇ ਪੰਡਿਤ ਢੱਕ ਕੇ ਆਨੰਦ ਲਈ ਜਾਂਦੇ ਨੇ ਲੋਕੀ ਖੈਰ ਮੇਰਾ ਮਤਲਬ ਸਿਰ ਕਹਿਣ ਤੋਂ ਹੋਈ ਭਗਵਾਨ ਨੂੰ ਪਿਆਰ ਨਾਲ ਵਸ ਕੀਤਾ ਆ ਉਹਨਾਂ ਜਿਸ ਪਿਆਰ ਦੀ ਵਿਆਖਿਆ ਨਹੀਂ ਕਿਸੇ ਕੋਲ ਅੱਜ ਤੱਕ ਹੋ ਸਕੀ ਇਹਦੇ ਤੇ ਮੈਂ ਇੱਕ ਛੋਟਾ ਜਿਹਾ ਇਤਿਹਾਸ ਬਾਰੇ ਸਾਹਮਣੇ ਅਰਜ਼ ਕਰਦਾ ਇਤਿਹਾਸ ਵਿੱਚ ਪੰਡਿਤ ਦਾ ਜ਼ਿਕਰ ਆਇਆ ਬੜਾ ਸੁੰਦਰ ਉਸ ਪੰਡਿਤ ਦੇ ਦੋ ਨਾਂ ਲਿਖੇ ਕਈਆਂ ਨੇ ਉਹਦਾ ਨਾਮ ਮਦਨ ਮੋਹਨ ਲਿਖਿਆ ਤੇ ਕਈਆਂ ਨੇ ਉਹਦਾ ਵੀਰੂ ਮੰਗਲ ਨਾਮ ਲਿਖਿਆ ਦੋਵੇਂ ਨਾਮ ਮੈਂ ਪੜ੍ਹੇ ਨੇ ਇਤਿਹਾਸ ਚ ਇਹ ਬੜਾ ਵਿਦਵਾਨ ਆਦਮੀ ਸੀ ਚੰਗਾ ਨਿਰਤ ਕਰਮੀ ਸੀ ਪੂਜਾ ਕਰਦਾ ਸੀ ਸੰਗਤ ਵਿੱਚ ਬਾਹਰ ਉਹਦਾ ਚੰਗਾ ਮਾਨ ਤਰਾਣ ਸੀ ਇਹ ਕੀ ਕਰਿਆ ਕਰਦਾ ਸੀ ਇੱਕ ਛੋਟੀ ਜਿਹੀ ਨਦੀ ਸੀ ਨਦੀ ਉੱਤੇ ਠਾਕਰ ਲੈ ਜਾਣੇ ਤੇ ਠਾਕਰਾਂ ਨੂੰ ਇਸ਼ਨਾਨ ਪਾਣੀ ਕਰਾ ਕੇ ਨਾ ਤੇ ਬਹਿ ਕੇ ਠਾਕਰਾਂ ਦੀ ਪੂਜਾ ਕਰਦੇ ਆਪਣਾ ਨੇਤਰੀ ਮੈਂ ਉਹਨਾਂ ਦਾ ਉਹ ਇਸੇ ਤਰ੍ਹਾਂ ਕਰਦੇ ਨੇ ਹਰ ਇੱਕ ਦਾ ਵੱਖੋ ਵੱਖਰਾ ਸਮਝੋ ਢੇਰ ਹੁੰਦਾ ਉਹ ਰੋਜ਼ ਨਿਤਨੇਮ ਅਨੁਸਾਰ ਉੱਥੇ ਜਾ ਕੇ ਨਾ ਤੇ ਉਹ ਠਾਕਰਾਂ ਦੀ ਪੂਜਾ ਕਰਦਾ ਸੀ ਤੇ ਸਿਮਰਨ ਕਰਿਆ ਕਰਦਾ ਸੀ ਆਪਣੇ ਤਰੀਕੇ ਅਨੁਸਾਰ ਇੱਕ ਦਿਨ ਕੁਦਰਤ ਆਇਆ ਸੀ ਮਹਾਰਾਜ ਦੀ ਬਈ ਸਰਦੀ ਦੀ ਲੋੜ ਸੀ ਠੰਡ ਸੀ ਕੁਝ ਤੇ ਠੰਡ ਦੇ ਵਿੱਚ ਨਾ ਕੀ ਕਰਦਾ ਅੱਗ ਸੇਕੀਏ ਜਾਂ ਧੁੱਪੇ ਬਹੀਏ ਸਰੀਰਕ ਅਵਸਥਾ ਠੀਕ ਕਰਨ ਵਾਸਤੇ ਉਹ ਜਿਸ ਵਕਤ ਉਹ ਨਦੀ ਦੇ ਕਿਨਾਰੇ ਤੇ ਜਾ ਕੇ ਬੈਠਾ ਨਾ ਤੇ ਦੂਜਾ ਕਿਨਾਰਾ ਸੀ ਨਾ ਜਿਹੜਾ ਨਦੀ ਦਾ ਉਹਦੇ ਵਿੱਚ ਬਹੁਤ ਸੁੰਦਰ ਵੇਸਵਾ ਉਹ ਵੀ ਹਾਰ ਸ਼ਿੰਗਾਰ ਲਾ ਕੇ ਤੇ ਧੁੱਪੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਬੈਠ ਗਈ ਬਈ ਮੈਂ ਵੀ ਇੱਥੇ ਅੱਜ ਧੁੱਪ ਸੇਕ ਲਈ ਕੁਦਰਤ ਮਹਾਰਾਜ ਜੀ ਉਹ ਪੰਡਿਤਾਂ ਦੀ ਦ੍ਰਿਸ਼ਟੀ ਜਿਹੜੀ ਸੀ ਨਾ ਸਾਡੀ ਦ੍ਰਿਸ਼ਟੀ ਲੱਗਣੀ ਬੜੀ ਇੱਕ ਹੁੰਦਾ ਸਿਮਰਤੀ ਇੱਕ ਹੁੰਦੀ ਹੈ ਸੁਰਤੀ ਇਹਦੇ ਵਿੱਚ ਬੜਾ ਫਰਕ ਹੁੰਦਾ ਜੀ ਸਿਮਰਤੀ ਔਰ ਚੀਜ਼ ਹੈ ਤੇ ਸੁਰਤੀ ਔਰ ਚੀਜ਼ ਹੈ ਇਹ ਫਿਰ ਇਹਨਾਂ ਪੁੱਛਿਓ ਵੀ ਸੁਰਤੀ ਚੰਗੀ ਹੈ ਕਿ ਸਿਮਰਤੀ ਚੰਗੀ ਹੈ ਤੇ ਅਸਾਂ ਕੀ ਕਰਨਾ ਹੈ ਸੋ ਉਹ ਸੁਰਤੀ ਜਿਹੜੀ ਹੈ ਨਾ ਇਹ ਬੜੀ ਕਠਿਨ ਹੈ ਬੜੀ ਟਿਕਦੀ ਬਹੁਤ ਮੁਸ਼ਕਲ ਹੈ ਕਦੇ ਤੁਸੀਂ ਆਪ ਟਿਕਾ ਕੇ ਵੇਖੋ ਤੇ ਫਿਰ ਪਤਾ ਲੱਗਿਆ ਕਿ ਸੁਰਤੀ ਕਿਸ ਤਰ੍ਹਾਂ ਟਿਕਦੀ ਹੈ ਇਹ ਚੰਚਲ ਆ ਕਰ ਇਹਦੇ ਤੇ ਮੈਂ ਫੇਰ ਕਦੀ ਯਾਦ ਕਰਾਂਗਾ ਜਿਹੜਾ ਭਾਈ ਗੁਰਦਾਸ ਵੇਖਿਆ ਕਿ ਮਨ ਕਿਸ ਤਰ੍ਹਾਂ ਚੱਲਦਾ ਹੈ ਉਹ ਜਿਸ ਵਕਤ ਐਸੇ ਤਰ੍ਹਾਂ ਕਰਦਾ ਕਰਦਾ ਨਾ ਜਦੀ ਕੋਈ ਖੜਾਕ ਹੋ ਜਾਏ ਨਾ ਭਾਵੇਂ ਸੁਖਮਣੀ ਪੜ੍ਹਦੇ ਹੋਈਏ ਭਾਵੇਂ ਜਪਜੀ ਪੜ੍ਹਦੇ ਹੋਈਏ ਭਾਵੇਂ ਕੀਰਤਨ ਸੋਹਲਾ ਪੜ੍ਹਦੇ ਹੋਈਏ ਭਾਵੇਂ ਆਸਾ ਤਾਂ ਝੱਟ ਵੇਖੀਦਾ ਤਾਂ ਜੇ ਸੁੱਟੀ ਲੱਗੀ ਹੋਏ ਤੇ ਫੇਰ ਨਹੀਂ ਵੇਖਦਾ ਫੇਰ ਨਹੀਂ ਵੇਖਦਾ ਕੀ ਹੋਇਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਉਹ ਪਤਾ ਨਹੀਂ ਕੋਈ ਖੜਾਕ ਹੋਈ ਜਾਂ ਕੋਈ ਗੱਲ ਹੋਈ ਪੰਡਿਤਾਂ ਦੀ ਦ੍ਰਿਸ਼ਟੀ ਜ਼ਰੂਰ ਠਾਕਰਾਂ ਤੋਂ ਉਖੜੀ ਉਖੜ ਕੇ ਬਿਰਦੀ ਤੇ ਉਸ ਵੇਸਵਾ ਦੇ ਚਾਹੀ ਜਦੋਂ ਵੇਸਵਾ ਨੂੰ ਵੇਖਿਆ ਬਹੁਤ ਸੁੰਦਰ ਉਸ ਵਕਤ ਮਨ ਹੋਇਆ ਉਸ ਵਕਤ ਮਨ ਬੇਈਮਾਨ ਹੋ ਗਿਆ ਉਸ ਵਕਤ ਮਨ ਦ੍ਰਵੀਭੂਤ ਹੋ ਗਿਆ ਉਸ ਵਕਤ ਉਹਦੇ ਮਨ ਵਿੱਚ ਹਲਚਲ ਪੈਦਾ ਹੋ ਗਈ ਉਹ ਬਾਕੀ ਜਿਹੜਾ ਨਿਤਨੇਮ ਕਰਨਾ ਸੀ ਨਾ ਜਿਹੜਾ 20 ਮਿੰਟਾਂ 'ਚ ਕਰਨਾ ਸੀ 7:30 ਮਿੰਟਾਂ 'ਚ ਅਗਲੇ ਪਾਸੇ ਲਾ ਦਿੱਤਾ ਕੰਮ ਹੀ ਹੋਰ ਹੋ ਗਿਆ ਸੀ ਹੋਰ ਕਰਨਾ ਕੀ ਜੋਸ਼ ਹੋ ਖੈਰ ਉਹ ਹੁਣ ਰੋਜ਼ ਧੁੱਪ ਦਾ ਮਾਰਾ ਤੇ ਅੱਗੇ ਠਾਕਰਾਂ ਵਾਸਤੇ ਜ਼ਿਆਦਾ ਸੀ ਹੁਣ ਲੋਕਾਂ ਨੂੰ ਖਾਦਾ ਪਿਆ ਮੈਂ ਠਾਕਰ ਪੂਜਾ ਕਰਦਾ ਉਧਰ ਵੇਸਵਾ ਪੈ ਜਾਂਦੀ ਏ ਇਧਰ ਪੰਡਿਤ ਵੀ ਪੈ ਜਾਂਦੇ ਨੇ ਸਾਹਮਣੇ ਠਾਕਰ ਦਰਸ਼ਨ ਵੇਸਵਾ ਦਾ ਇਹ ਭਗਵਾਨ ਦਾ ਆਪੇ ਦਰਸ਼ਨ ਹੋ ਜਾਏਗਾ ਉਹਨਾਂ ਨੂੰ ਬੜੀ ਛੇਤੀ ਦੇ ਜਿਸ ਵਕਤ ਉਹਦੇ ਇਸੇ ਤਰ੍ਹਾਂ ਉੱਥੇ ਬੈਠਾ ਰੋਜ਼ ਕਰਦਾ ਇੱਕ ਦਿਨ ਕੁਦਰਤ ਮਹਾਰਾਜ ਹੀ ਬਦਲ ਹੋ ਗਏ
ਬਸ ਹਾਂ ਆਸਮਾਨ ਵਿੱਚ ਬੱਦਲ ਹੋ ਗਿਆ, ਇਹ ਬੱਦਲ ਹੋ ਗਿਆ ਤੇ ਧੁੱਪੇ ਦੇ ਸਦਕਾ ਤੇ ਆਉਂਦੀ ਸੀ ਬੇਸਵਾ ਤੇ ਉਹਨੇ ਬੱਦਲ ਚ ਕੀ ਕਰਨ ਆਉਣਾ ਸੀ, ਉਹ ਉਦਣ ਆਈ ਨਾ। ਪੰਡਤ ਤੁਰੀ ਪਹੁੰਚ ਗਿਆ ਆਪਣੇ ਨਿਤ ਕਰਮ ਅਨੁਸਾਰ, ਦੇਖਣ ਉਹ ਬੇਸਵਾ ਉਦਣ ਆਏ ਨੇ, ਉਹ ਬਣਾਉਂਦਾ ਪਤਾ ਨੀ ਹੁਣ ਆਉਂਦੀ ਹੈ ਹੁਣ ਆਉਂਦੀ ਹੈ ਠੀਕ ਕਿਆ ਠੀਕ ਕਿਆ ਪਤਾ ਇਹ ਗੱਲ ਹੀ ਕੋਈ ਪਤਾ ਨੀ ਅੱਜ ਕੀ ਗੱਲ ਹੈ, ਮੇਰੇ ਨਿਤ ਨੇ ਫਰਕ ਪੈ ਜਾਏਗਾ। ਉਹ ਕੁਦਰਤ ਮਹਾਰਾਜ ਦੀ ਉਧਰੋਂ ਹੜ ਆ ਗਿਆ ਉਸ ਨਦੀ ਦੇ ਵਿੱਚ, ਜਦੋਂ ਹੜ ਆ ਗਿਆ ਨਾ ਤੇ ਹੜ ਦੇ ਵਿੱਚ ਹੜ ਦੀ ਜਦ ਵਿੱਚ ਇੱਕ ਬੰਦਾ ਆ ਗਿਆ ਤੇ ਉਹ ਰੁੜ ਗਿਆ ਪਾਣੀ ਦੇ ਵਿੱਚ, ਉਹਦਾ ਮੁਰਦਾ ਬਣਿਆ ਰੁੜਿਆ ਰੁੜਿਆ ਪਾਣੀ ਵਿੱਚ ਆ ਗਿਆ। ਉਸ ਪੰਡਿਤ ਨੇ ਜਦੋਂ ਵੇਖਿਆ ਨਾ ਕਹਿੰਦਾ ਹਾ 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 ਤੇ ਮੌਜ ਮਰ ਗਈ, ਉਹ ਵਾਕਈ ਉਹਦਾ ਵੀ ਮੇਰੇ ਨਾਲ ਪਿਆਰ ਹੈ, ਉਹ ਜੇ ਨਹੀਂ ਨਾ ਅੱਜ ਬਾਹਰ ਬੈਠੀ ਤੇ ਉਸ ਨੇ ਮੇਰੇ ਵਾਸਤੇ ਸਮਝੋ ਤੋਲਾ ਕਰ ਦਿੱਤਾ, ਇਹਦੇ ਤੇ ਬਹਿ ਕੇ ਤੂੰ ਆ ਗਿਆ ਨੂੰ ਮਿਲ ਲੈ। ਉਹ ਇੰਨਾ ਕਾਮੰਦ ਹੋਇਆ ਹੈ ਉਹਨੂੰ ਪਤਾ ਨਹੀਂ ਕਿ ਮੁਰਦਾ ਹੈ ਕਿ ਤੋਲਾ ਹੈ, ਉਸ ਨੂੰ ਮੁਰਦੇ ਨੂੰ ਫੜ ਕੇ ਨਦੀ ਤੋਂ ਪਾਰ ਹੋ ਗਿਆ। ਨਦੀ ਤੋਂ ਪਾਰ ਹੋ ਕੇ ਉੱਥੇ ਕਿੱਲੀ ਜੀ ਕੱਢ ਕੇ ਉਹਨੂੰ ਉੱਥੇ ਬੰਨ ਕੇ ਵੀ ਫੇਰ ਮੈਂ ਇਹਦੇ ਤੇ ਵਾਪਸ ਜਾਵਾਂਗਾ, ਉਹਦਾ ਵੇਸ ਵਾਲੇ ਘਰ ਚਲਾ। ਹੁਣ ਉੱਧਰ ਠੰਡ ਸੀ, ਦਰਵਾਜ਼ੇ ਸਾਰੇ ਬੰਦ ਨੇ, ਕਿੱਥੋਂ ਦੀ ਜਾਏ, ਦਰਵਾਜ਼ੇ ਤੋਂ ਬਗੈਰ ਜਾਇਆ ਨਹੀਂ ਜਾਂਦਾ। ਉਹ ਫਿਰਦਾ 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 ਉਹਦੀ ਮਕਾਨ ਦੇ ਪਿਛਲੇ ਪਾਸੇ ਗਿਆ, ਜਦੋਂ ਮਕਾਨ ਦੇ ਪਿਛਲੇ ਪਾਸੇ ਗਿਆ ਨਾ ਉੱਥੇ ਇੱਕ ਸੱਪ ਸੀ ਲੜਕਦਾ, ਸੱਪ ਲੜਕਦਾ ਸੀ, ਸੱਪ ਦੀ ਸ਼ਰਤ ਹੁੰਦੀ ਹੈ ਜਿੱਥੇ ਇੱਕ ਵਾਰੀ ਪੈਰ ਜਮਾ ਲੈਣਾ ਟੁੱਟ ਜਾਏ ਭਾਵੇਂ ਉਹ ਉੱਥੋਂ ਫਿਰ ਛੱਡਦਾ ਨਹੀਂ। ਉਹਨੇ ਆਖਿਆ ਇਹ ਮੇਰੇ ਪ੍ਰੇਮੀ ਨੇ ਮੇਰੇ ਵਾਸਤੇ ਨਾ ਰੱਸਾ ਭੇਜਿਆ ਵੀ ਇਹਨੇ ਇਹਨੂੰ ਫੜ ਕੇ ਦੂਤੇ ਆ ਜਾ, ਕੋਈ ਪਤਾ ਨਹੀਂ ਐਸਾ ਇਨਸਾਨ ਬਣਿਆ ਆ। ਉਸਨੇ ਫੜ ਕੇ ਉਹ ਸੱਪ ਨੂੰ ਤੇ ਉੱਤੇ ਚੜ ਗਿਆ, ਫਿਰ ਉੱਤੇ ਚੜ ਗਿਆ ਜਾ ਕੇ ਬੂਹਾ ਖੁਦ ਤੱਕ ਟਿਕਾ ਦਿੱਤਾ। ਜਦੋਂ ਬੂਹਾ ਖੁੱਲਾ ਅੱਗੇ ਵੇਸਵਾ ਉੱਥੇ ਬੈਠੀ ਹੋਈ, ਉਹ ਵੇਖ ਕੇ ਹੈਰਾਨ ਹੋ ਗਈ, ਕੌਣ ਆ ਜਿਹੜਾ ਇੱਥੇ ਆ ਗਿਆ, ਦਰਵਾਜ਼ੇ ਬੰਦ ਹਨ, ਮੈਂ ਕਿਸੇ ਨੂੰ ਬੁਲਾਇਆ ਨਹੀਂ, ਕੌਣ ਆ ਜਿਹੜਾ ਇਸ ਵਕਤ ਇੱਥੇ ਆ ਗਿਆ। ਉਹ ਆਂਦੀ ਤੂੰ ਕੌਣ ਹੈ, ਮੈਂ ਤੇਰਾ ਪ੍ਰੇਮੀ ਹਾਂ। ਅਹਿਆ ਕੀ ਗੁਨਾ ਕਿਹਾ, ਇੱਥੇ ਤੇ ਸਾਰੇ ਦਰਵਾਜ਼ੇ ਬੰਦ ਨੇ, ਤੇ ਕਿੱਥੋਂ ਦੀ ਕਿਉਂ ਆ ਗਿਆ। ਕਹਿੰਦਾ ਮੈਂ ਆ ਗਿਆ ਜਿਹੜਾ ਤੁਸੀਂ ਰਸਾ ਲਮਕਾਇਆ ਉਹਨੂੰ ਫੜ ਕੇ ਆ ਗਿਆ। ਮੈਂ ਤੇਰੇ ਰਸਾ ਲਮਕਾਇਆ ਨਹੀਂ, ਇਹ ਕਿੱਥੋਂ ਦੀ ਆ ਗਿਆ, ਚੱਲ ਖਾ ਵਿਖਾ ਵੇ ਰਸਾ ਕਿਹੜਾ ਹੈ। ਇਸ ਵਕਤ ਦੋਸਤ ਨੇ ਵੇਖਿਆ, ਉਹਨੂੰ ਆਖਿਆ ਆਓ ਮੈਂ ਵਿਖਾ ਦੇਣਾ। ਜਦੋਂ ਆ ਕੇ ਵੇਖਿਆ ਤੇ ਉਹ ਕਾਲਾ ਨਾਗ ਆਉਂਦੀ, ਉਹ ਪਾਪੀਆ ਇਹ ਰਸਾ ਨਹੀਂ ਇਹ ਕਾਲਾ ਨਾਗ ਹੈ। ਅਹ ਨਦੀ ਕੀ ਗੁਨਾ ਕਿਹਾ ਜਿਹਦੇ ਜਿਹੜਾ ਹੜ ਆਇਆ, ਅਹ ਜਿਹੜੀ ਤੁਸੀਂ ਬੇੜੀ ਭੇਜੀ ਸੀ ਮੈਂ ਉਹਦੇ ਤੇ ਲੰਘ ਕੇ ਆਇਆ। ਜਦੋਂ ਆਦੀ ਚੱਲ ਆਉਂਦੀ ਹੈ ਜਿਹੋ ਜਿਹਾ ਰਸਾ ਭੇਜਿਆ ਉਹ ਜੀ ਬੇੜੀ, ਹੁਣ ਚੱਲ ਉਹਦੀ ਬੇੜੀ ਵੀ ਵੇਖ ਲਈਏ। ਜਦੋਂ ਬੇੜੀ ਜਾ ਕੇ ਵੇਖੀ ਤੇ ਉਹ ਮੁਰਦਾ, ਜਦੋਂ ਉਹਨੇ ਦੋ ਚੀਜ਼ਾਂ ਵੇਖੀਆਂ ਉਹ ਆਦੀ ਉਹ ਕਮਲਿਆ ਪੰਡਤਾ, ਪਰ ਕੁਝ ਹੋਸ਼ ਕਰ, ਕੁਝ ਇਨਸਾਨੀਅਤ ਵੱਲ ਖਿਆਲ ਕਰ, ਉਹ ਕਮਲਿਆ ਜਿੰਨਾ ਮੇਰੇ ਨਾਲ ਪਿਆਰ ਕੀਤਾ ਜਿਹੜੇ ਭਗਵਾਨ ਨਾਲ ਕਰ, ਹੁਣ ਤੈਨੂੰ ਜਾ ਭਗਵਾਨ ਮਿਲ ਗਿਆ। ਉਹ ਮੇਰੇ ਝੂਠੇ ਸਰੀਰ ਬਦਲੇ ਹੱਡ ਤੇ ਚੰਮ ਦੀ ਦੇਹ ਵਾਸਤੇ ਤੂੰ ਇੰਨਾ ਪਿਆਰ ਕੀਤਾ, ਜੇ ਕਦੇ ਇੰਨਾ ਪਿਆਰ ਭਗਵਾਨ ਨਾਲ ਕਰ ਲਓ ਤੇ ਤੈਨੂੰ ਭਗਵਾਨ ਦਾ ਦਰਸ਼ਨ ਹੋ। ਸੰਤ ਜੀ ਪਤਾ ਨਹੀਂ ਕਿਹੜੇ ਵੇਲੇ ਮਾਂਜਾ, ਹੁਣ ਤੇ ਤਰਕਲੇ ਹੈ ਨਹੀਂ ਨਾ ਚਰਖੇ ਕੱਤਦੀਆਂ ਨੇ, ਪਤਾ ਪਿੰਡਾਂ ਦੇ ਕੱਤਦੀਆਂ ਨੇ ਮਾਂਜਾ ਚਰਖਾ ਕੱਤਦੀਆਂ ਹਨ, ਤੇ ਉਹਨਾਂ ਦਾ ਤਰਕਲਾ ਜਿਹੜਾ ਸੀ ਨਾ ਉਹ ਡਿੱਗਾ ਹੋ ਜਾਂਦਾ ਸੀ। ਉਹ ਦਿਨ ਕਿੱਥੇ ਲੁਹਾਰ ਕੋਲ ਜਾਵਾਂਗੀਆਂ, ਉੱਥੇ ਜੇ ਦੇਰ ਲੱਗੇਗੀ ਉਹ ਉੱਥੇ ਨਹੀਂ ਹੋਣਾ, ਹੋਰ ਕੰਮ ਕਰਦਾ, ਕਈ ਸੋਚੀਆਂ ਨੇ। ਉਹ ਫਿਰ ਸਿਆਣੀ ਵੱਖਰੀ ਦੇਵੇ ਤਾਂ ਮੇਰਾ ਤਰਕਲਾ ਡਿੱਗਾ ਹੋਇਆ ਜਿਹੜਾ ਠੀਕ ਕਰ ਦੇ, ਉਹ ਫਿਰ ਕਦੇ ਇੱਧਰ ਸੱਟ ਮਾਰ ਦਈਏ ਕਦੇ ਹੱਥ ਦੀ ਇੱਧਰ ਸੱਟ ਮਾਰ ਦਈਏ, ਉਹ ਪਤਾ ਨਹੀਂ ਕਿਹੜੇ ਸੱਟ ਦੇ ਨਾਲ ਉਹਦਾ ਤਰਕਲਾ ਜਿਹੜਾ ਉਹ ਸਿੱਧਾ। ਸੋ ਮਨ ਨੂੰ ਵੀ ਤਰਕਲਾ ਜਿਹੜਾ ਉੱਚਾ ਜਾਂਦਾ ਨਾ, ਪਤਾ ਨਹੀਂ ਗੁਰੂ ਕੇ ਕਿਹੜੇ ਸ਼ਬਦ ਨੂੰ ਵੀ ਸੱਟ ਉਹਦੇ ਤੇ ਵੱਜ ਜਾਣੀ, ਉਹਦਾ ਕੋਟਾ ਮਨ ਜਿਹੜਾ ਉਹ ਸਿੱਧਾ। ਸਭਾ ਤੋਂ ਚਾਹੁੰ ਦਾ ਫਲ ਇਹ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਉਹਨੂੰ ਗਿਆਨ ਹੋ ਜਾਣਾ, ਕਿਹੜੇ ਵੇਲੇ ਉਸਨੇ ਕੋ ਕਰਮਾਂ ਵੱਲੋਂ ਹਟ ਕੇ ਸਿੱਧੇ ਪਾਸੇ ਲੱਗ ਜਾਣਾ। ਉਹਦੇ ਮਨ ਤੇ ਐਸਾ ਅਸਰ ਪਿਆ, ਕਹਿੰਦਾ ਘਰ ਫਿਰ ਠੀਕ ਹੈ ਹੋਏ ਨਾ ਤੇ ਮੈਂ ਹੁਣ ਭਗਵਾਨ ਨਾਲ ਪਿਆਰ ਕਰਾਂ। ਛੱਡ ਕੇ ਸਾਰਾ ਕੁਝ ਜੰਗਲ ਚਲਾ ਗਿਆ, ਜੰਗਲ ਵਿੱਚ ਜਾ ਕੇ ਇਕਾਂਤ ਕੁਠੀਆ ਪਾ ਕੇ ਉੱਥੇ ਸਮਝੋ ਬੈਠ ਗਿਆ, ਸਿਮਰਨ ਕਰਦਾ, ਜੇ ਕੋਈ ਪ੍ਰਸ਼ਾਦਾ ਦੇ ਜਾਂਦਾ ਛੱਡ ਜਾਂਦਾ, ਨਹੀਂ ਛੱਡਦਾ ਤੇ ਫਲ ਫਰੂਟ ਲੈ ਕੇ ਉੱਥੋਂ ਜੰਗਲ ਵਿੱਚੋਂ ਕੰਦ ਫੁੱਲ ਖਾ ਕੇ ਤੇ ਆਪਣਾ ਗੁਜ਼ਾਰਾ ਕਰਦਾ। ਇੱਕ ਦਿਨ ਇੱਕ ਸ਼ਾਹੂਕਾਰ ਉਸ ਨੂੰ ਮਿਲ ਗਿਆ, ਉਸਨੇ ਵੇਖਿਆ ਕੁਠੀਆ ਇੱਥੇ ਕੋਈ ਜ਼ਰੂਰ ਇਨਸਾਫ ਹੋਏਗਾ। ਉਹਨੇ ਜਾ ਕੇ ਜਦੋਂ ਵੇਖਿਆ ਤੇ ਉਹ ਪੰਡਿਤ ਜੀ ਮਹਾਰਾਜ ਜਿਹੜੇ ਸਨ ਉਹ ਤਪੱਸਿਆ ਕਰਦਾ, ਜਾ ਕੇ ਨਮਸਕਾਰ ਕੀਤੀ, ਵੇਖਿਆ ਕੋਈ ਇਹਨਾਂ ਦੀ ਰਸੋਈ ਨਹੀਂ, ਕੋਈ ਗੀਜ਼ਰ ਨਹੀਂ, ਕੋਈ ਗੈਸ ਪਲਾਂਟ ਨਹੀਂ, ਕੋਈ ਟੀਵੀ ਨਹੀਂ। ਸਾਡੇ ਕੋਲ ਤਾਂ ਅੱਜ ਕੱਲ੍ਹ ਸਾਰਾ ਹੀ ਇਹਦੇ ਤੇ ਫੇਰ ਕਰਾਂਗਾ ਸਾਨੂੰ ਹੈ ਕਿ ਸਾਨੂੰ ਇਹ ਦੇਖ ਨਾ ਸਾਰਾ ਕੁਝ ਇਹਨਾਂ ਸਾਨੂੰ ਤਾਂ ਦੂਜੇ ਪਾਸੇ ਨੂੰ ਲਾ ਛੱਡਿਆ ਆ, ਤੇ ਛੱਡੋ ਨਾ ਆਪਣੀ ਜਮਰਾ ਜੋ ਟੀਵੀ ਵਾਲੀ ਲੱਗੇ ਜਾ ਕਰੋ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਉਹ ਆਖਦੇ ਨੇ ਨਾ ਇਹਦੇ ਕੋਲ ਕੋਈ ਗੱਲ ਹੈ ਨਾ ਹੱਥ, ਇਹਦੇ ਵਿੱਚ ਤਾਂ ਐਵੇਂ ਬੈਠਾ ਆ, ਇਹ ਰੋਟੀ ਕਿੱਥੋਂ ਖਾਧਾ ਹੋਏਗਾ। ਉਹਨੇ ਪ੍ਰਣ ਕਰ ਲਿਆ ਵੀ ਮੈਂ ਰੋਜ਼ ਇਹਨੂੰ ਪ੍ਰਸ਼ਾਦਾ ਛਕਾਵਾਂਗਾ। ਉਹ ਰੋਜ਼ ਪ੍ਰਸ਼ਾਦਾ ਆਪ ਜਾ ਕੇ ਸੁੰਦਰ ਪ੍ਰਸ਼ਾਦਾ ਪਕਾ ਕੇ ਉਹਨੂੰ ਛਕਾਇਆ ਕਰੇ। ਤੇ ਇੱਕ ਦਿਨ ਕੁਦਰਤ ਮਹਾਰਾਜ ਜੀ ਉਹ ਸ਼ਾਹੂਕਾਰ ਨੂੰ ਬੜੀ ਸਮਝੋ ਜ਼ਰੂਰਤ ਐਸੀ ਪੈ ਗਈ ਕਿ ਉਸ ਪ੍ਰਸ਼ਾਦੇ ਛਕਾਉਣ ਤੋਂ ਪਹਿਲਾਂ ਚਲੇ ਜਾਣਾ ਸੀ ਬਾਹਰ ਕਿਤੇ ਕੰਮ। ਆਪਣੀ ਚੀਜ਼ ਨੂੰ ਆਉਂਦਾ ਦੇਖੋ
ਦੇ ਹੁੰਦੇ ਤੁਸੀਂ ਇਹ ਸਾਡਾ ਪ੍ਰਸ਼ਾਦਾ ਛਕਾਉਂਦਾ। ਮੈਂ ਜਾਣਾ ਤੂੰ ਕਿਰਪਾ ਕਰਕੇ ਸੰਤਾਂ ਨੂੰ ਬੜੇ ਬੜੇ ਪ੍ਰਸ਼ਾਦਾ ਜ਼ਰੂਰ ਛਕਾਇਆ। ਉਸ ਬੀਬੀ ਨੇ ਉਹਦੀ ਸਿੱਖ ਲਈ ਇਹ ਪ੍ਰਸ਼ਾਦਾ ਤਿਆਰ ਕੀਤਾ। ਚਿੱਟੇ ਕੱਪੜੇ ਨੂੰ ਉੱਤੋਂ ਦੀ ਢੱਕ ਕੇ ਹੱਥ ਵਿੱਚ ਲੈ ਕੇ ਥਾਲ ਥੂਲ ਜੋ ਸੀ ਜਾ ਕੇ ਪੰਡਿਤ ਉਹਨਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਉਹਨਾਂ ਪ੍ਰਸ਼ਾਦਾ ਛਕਣ ਵਾਸਤੇ ਪ੍ਰਾਰਥਨਾ ਕੀਤੀ। ਜਦੋਂ ਪੰਡਿਤ ਉਹਨਾਂ ਨੇ ਵੇਖਿਆ ਨਾ ਉਸ ਬੀਬੀ ਵੱਲ, ਪੰਡਿਤ ਉਹਨਾਂ ਦਾ ਫਿਰ ਮੇਲਾ ਕਰ ਦਿਓ, ਫਿਰ ਬਿੱਟੀ ਖਰਾਬ ਹੋ ਗਈ। ਉਹ ਬੀਬੀ ਪ੍ਰਸ਼ਾਦਾ ਛਾ ਕੇ ਘਰ ਨੂੰ ਆ ਰਹੀ ਹੈ, ਮਗਰ ਹੀ ਪੰਡਿਤ ਵੀ ਘਰ ਆ ਗਿਆ। ਉਧਰੋਂ ਸ਼ਾਹੂਕਾਰ ਘਰ ਆ ਗਿਆ। ਸ਼ਾਹੂਕਾਰ ਕਹਿੰਦਾ ਉਹ ਅਰਜ਼ਾ ਕਰਦੇ ਹਾਂ ਸਾਡੇ ਘਰ ਚੰਦ ਪਾਉਣ ਦੇ ਆਉਂਦੇ ਨੇ ਸਰ, ਅੱਜ ਆਪਣੇ ਆਪ ਆ ਗਏ, ਉਹ ਪਾ ਕੇ ਸਾਡੀ ਬੜੀ ਕਿਰਪਾ ਹੋ ਗਈ। ਆਖਰ ਕਹਿੰਦੇ ਨੇ ਪੰਡਿਤ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਘਰ ਚੰਦ ਪਾਏ ਨੇ। ਪੰਡਿਤ ਕਹਿੰਦਾ ਸ਼ਾਹੂਕਾਰ ਮੈਂ ਆ ਗਿਆ ਤੇਰੇ ਘਰ, ਪਰ ਮੈਂ ਸਾਧੂ ਪੁਣੇ ਵਿੱਚ ਨਹੀਂ ਆਇਆ, ਮੈਂ ਨਹੀਂ ਮਾਰਦਾ ਬਣ ਗਿਆ। ਇਹ ਵੀ ਅਕਸਰ ਸਿਮਰਨ ਕੀਤਾ ਸੀ, ਮਨ ਸਵੱਛ ਸੀ, ਗੱਲ ਤੇ ਸੱਚੀ ਕਰ ਦਿੱਤੀ ਉਹਨੇ। ਕੀ ਬੇਈਮਾਨੀ ਕਰਕੇ ਆਏ ਹੋ? ਕਹਿੰਦੇ ਨੇ ਮੈਂ ਤੇਰੀ ਇਸਤਰੀ ਦੇ ਉੱਤੇ ਮੋਹਿਤ ਹੋ ਗਿਆ। ਕੋਈ ਭਗਵਾਨ ਦਾ ਪ੍ਰੇਮੀ ਸੀ ਉਹ ਵੀ, ਉਹ ਆਉਂਦਾ ਕੋਈ ਬੜੀ ਗੱਲ। ਮੈਂ ਤੁਹਾਨੂੰ ਦੱਸਾਂਗਾ ਫਿਰ ਕਿਸ ਤਰ੍ਹਾਂ ਸੰਤ ਸਿੰਘ ਸੀ ਨਾ, ਜਿਹੜਾ ਸੰਤਾ ਜਗਜੀਤ ਸਿੰਘ ਦੇ ਦੋ ਸਨ ਚੇਲੇ ਕਿਲੇ ਵਾਲਿਆਂ ਦੇ, ਤੇ ਉਹਨਾਂ ਦਾ ਅੱਗੋਂ ਇੱਕ ਜਮੀ ਸੰਤ ਸਿੰਘ ਹੋਇਆ, ਸੰਤ ਸਿੰਘ ਅੱਗੋਂ ਫਿਰ ਦਲਾਕ ਸੀ ਉਹਦਾ ਲੜਕਾ ਹੋਇਆ, ਤੇ ਸੰਤ ਸਿੰਘ ਦੇ ਘਰੋਂ ਸੰਤ ਕੌਰ ਸੀ। ਉਹਦੀ ਕਿਸ ਤਰ੍ਹਾਂ ਗੱਲ, ਫਿਰ ਸਾਧੂ ਰਾਮ ਸਿੰਘ ਦੇ ਸਿੱਖਾਂ ਨੇ ਵੀ ਇਹਨੂੰ ਵਿਗਾਹ ਕਰਕੇ ਬਣਾਈ ਹੈ, ਫਿਰ ਮੈਂ ਕਹਿੰਦੇ ਜੇਲ ਦਾ ਰੱਖ ਕਰਾਂਗਾ। ਖੈਰ ਮੇਰਾ ਮਤਲਬ ਸਮਝਾਉਣ ਤੋਂ, ਉਹ ਪੰਡਿਤ ਨੂੰ ਆਉਂਦਾ ਆਪਣੀ ਇਸਤਰੀ ਨੂੰ ਕਹਿੰਦਾ ਸ਼ਾਹੂਕਾਰ ਦੇਖ, ਜੇ ਤੇ ਤੂੰ ਮੇਰੀਆਂ ਖੁਸ਼ੀਆਂ ਲੈਣ ਜਾਣੀ, ਜੇ ਮੇਰੀ ਇਸਤਰੀ ਹੈ ਮੇਰਾ ਹੁਕਮ ਮੰਨਣਾ, ਤੇ ਜਿਸ ਤਰ੍ਹਾਂ ਪੰਡਿਤ ਜੀ ਕਹਿੰਦੇ ਮੈਂ ਉਸੇ ਤਰ੍ਹਾਂ। ਆਪ ਜ਼ਰਾ ਸਾਬਿਤ ਹੋ ਗਿਆ। ਸੁੰਦਰ ਬਿਸਤਰਾ ਅੱਗੇ ਵਿਛਿਆ ਸੀ, ਉਸਦੀ ਇਸਤਰੀ ਨੇ ਹਾਰ ਸ਼ਿੰਗਾਰ ਲਾ ਕੇ ਕੱਚ ਕੱਪੜਾ ਪਾ ਕੇ ਲਾ ਕੇ ਬੇਨਤੀ ਕਰਦੀ ਹੈ, ਅਹੋ ਮਹਾਰਾਜ ਜੋ ਹੁਕਮ ਕਰੋ, ਮੇਰੇ ਪਤੀ ਦਾ ਹੁਕਮ ਹੈ, ਮੈਂ ਤੁਹਾਡਾ ਹਰ ਇੱਕ ਹੁਕਮ ਮੰਨਣ ਵਾਸਤੇ ਗਿਆ। ਸਭ ਜੀ ਬਿਰਤੀ ਬਦਲ ਗਈ, ਕਰ ਆ ਗਿਆ ਪਰਿਵਾਰ ਸਹਾਇਕ ਬਣ ਗਿਆ। ਜਦੋਂ ਗਹੁ ਨਾਲ ਦੇਖ ਟੱਕਿਆ, ਕਹਿੰਦਾ ਭੈਣ ਜੀ ਪਿਆਰੀ ਪੁੱਤਰੀ ਤੁਹਾਡੀ ਹੈ, ਇਹ ਕਾਹਦੇ ਵਾਸਤੇ ਆਇਆ ਸੀ? ਭੈਣ ਜੀ ਆਉਂਦਾ ਪਿਆ ਪੁੱਤਰੀ ਦੇ ਨਾਂ ਨਾਲ ਉਚਾਰਨ ਕਰਦਾ, ਕਹਿੰਦੇ ਮਹਾਰਾਜ ਕਿਸ ਤਰ੍ਹਾਂ ਆਏ ਸੋ ਤੇ ਫਿਰ ਕੀ ਕਹਿੰਦੇ ਹੋ? ਕਹਿੰਦੇ ਨੇ ਠੀਕ ਹੈ ਨਾ, ਤੂੰ ਮੇਰੀ ਪੁੱਤਰੀ ਹੈ, ਤੂੰ ਮੇਰੀ ਭੈਣ ਹੈ, ਤੂੰ ਮੇਰੀ ਮਾਤਾ ਹੈ, ਤੁਹਾਡੇ ਫਿਰ ਮੈਨੂੰ ਹੁਕਮ ਕਰੋ। ਕਹਿੰਦੇ ਨੇ ਮੇਰਾ ਹੁਕਮ ਤੂੰ ਮੰਨਣਾ ਨਾ, ਹੁਣ ਤੇਰੇ ਪਤੀ ਦਾ ਹੁਕਮ ਹੈ। ਹਾਏ ਹਾਂ, ਫਿਰ ਮੈਂ ਇਹ ਹੁਕਮ ਕਰਨਾ, ਤੂੰ ਇੱਕ ਤਰੋੜ ਲੈ ਕੇ ਨਾ ਉਹਨੂੰ ਤਾ ਕੇ ਨਾ ਦੋਵਾਂ ਪਾਸਿਆਂ ਤੋਂ ਲਾਲ ਅੱਗ ਵਰਗਾ ਕਰਕੇ ਮੈਨੂੰ ਲਿਆ ਦੇ, ਹੋਰ ਮੈਂ ਤੈਨੂੰ ਕੋਈ ਆ ਗਿਆ। ਮਹਾਰਾਜ ਕਿਆ ਕਰੋਗੇ ਇਹਨਾਂ ਨੂੰ? ਉਸ ਤਰੋੜ ਨੂੰ ਕੀ ਕਰੋਗੇ? ਕਹਿੰਦੇ ਨੇ ਤੈਨੂੰ ਪੁੱਛੀ ਤਾਂ ਕੀ ਮਤਲਬ ਹੈ, ਤੂੰ ਤਰੋੜ ਲਿਆ ਤਾ ਕੇ ਸਿਰਫ ਮੈਨੂੰ ਮੇਰੀ ਆਗਿਆ ਮੰਨ। ਉਹਨੇ ਹੁਕਮ ਮੰਨ ਕੇ ਤਰੋੜ ਲਿਆ ਤਾ ਤਾ ਕੇ ਸਰ ਜੀ, ਜਦੋਂ ਉਹਨੇ ਤਰੋੜ ਦੋਵਾਂ ਪਾਸੇ ਤਾ ਕੇ ਲਿਆਂਦਾ, ਉਹ ਵੀਰੂ ਮੰਗਲ ਨੇ ਫੜ ਕੇ ਇੱਕ ਪਾਸਾ ਇੱਕ ਅੱਖ ਛੁਪਾ ਲਿਆ ਤੇ ਇੱਕ ਪਾਸਾ ਦੂਜੀ ਵਿੱਚ ਆ ਕੇ ਤਿਰਦ ਤਿਰਦ ਕਰਕੇ ਆਉਂਦੇ, ਦੋਵੇਂ ਸੜ ਗਿਆ ਨਦਾਰ ਠੰਡਾ ਹੋ। ਚੀਕ ਨਿਕਲ ਗਈ ਉਸ ਬੀਬੀ ਦੀ, ਆਹਾ ਪੰਡਿਤ ਜੀ ਮਹਾਰਾਜ ਕਿਆ ਜੀ ਆਪ, ਇਹ ਕੀ ਕੀਤਾ ਜੀ? ਕਹਿੰਦੇ ਨੇ ਚੰਗਾ ਹੀ ਕੀਤਾ। ਅਸੀਂ ਕੀ ਚੰਗਾ ਕੀਤਾ ਜਾਂਦੇ? ਆਂਦੀ ਇਹਨੇ ਚੰਗਾ ਇਸ ਵਾਸਤੇ ਕੀਤਾ, ਪਹਿਲਾਂ ਮੈਂ ਠਾਕਰ ਪੂਜਾ ਕਰਦਾ ਹਾਂ ਤੇ ਨਾ ਮੇਰੀਆਂ ਅੱਖੀਆਂ ਨੇ ਮੇਰਾ ਬੇੜਾ ਗਰਮ ਕੀਤਾ ਤੇ ਮੈਂ ਇਸ ਵਾਸਤੇ ਮੋਹਿਤ ਹੋਇਆ। ਉੱਥੋਂ ਠੋਕਰ ਵੱਜੀ, ਫਿਰ ਮੈਂ ਸਮਝੋ ਬਾਹਰ ਚਲਾ ਗਿਆ, ਫਿਰ ਤੂੰ ਪ੍ਰਸ਼ਾਦਾ ਲੈ ਕੇ ਗਈ ਤੇ ਤੈਨੂੰ ਵੇਖ ਕੇ ਮੇਰੀਆਂ ਅੱਖਾਂ ਨੇ ਮੇਰਾ ਬੇੜਾ ਗਰਮ ਕੀਤਾ ਤੇ ਭਗਵਾਨ ਵੱਲੋਂ ਬੇਮੁੱਖ ਕਰ ਦਿੱਤਾ। ਉਹ ਮੈਂ ਅੱਜ ਤੋਂ ਵਿਚਾਰ ਕਰ ਲਿਆ, ਜਿਹੜੀਆਂ ਅੱਖਾਂ ਭਗਵਾਨ ਵੱਲੋਂ ਬੇਮੁੱਖ ਕਰਦੀਆਂ ਨੇ ਮੈਂ ਉਹਨਾਂ ਅੱਖਾਂ ਕੋਲੋਂ ਲੈ ਰਹੀ। ਕੋਈ ਜ਼ਰੂਰਤ ਨਹੀਂ ਐਸੀ ਅੱਖਾਂ ਦੀਆਂ ਜਿਹੜੀਆਂ ਅੱਖਾਂ ਗੁਰੂ ਵੱਲੋਂ ਬੇਮੁੱਖ ਕਰ, ਜਿਹੜੀਆਂ ਭਗਵਾਨ ਵੱਲੋਂ ਬੇਮੁੱਖ ਕਰ, ਇਹੋ ਜਿਹੀਆਂ ਅੱਖਾਂ ਦੀ ਮੈਨੂੰ ਕੋਈ ਜ਼ਰੂਰਤ ਨਹੀਂ। ਅੰਨੇ ਬਣ ਗਿਆ, ਉਹਨਾਂ ਦਾ ਨਾਮ ਪੈ ਗਿਆ ਸੂਰਦਾਸ, ਤੇ ਉਹਨਾਂ ਦੀ ਪ੍ਰਾਤਨ ਹਿਸਟਰੀ ਹੈ। ਉਹ ਸੂਰਦਾਸ ਜੀ ਜੰਗਲ ਚਲੇ ਗਏ, ਕੋਈ ਉਹਨਾਂ ਦਾ ਸੇਵਕ ਨਹੀਂ, ਰੋਜ਼ ਉੱਥੇ ਵਿਚਾਰੇ ਆਨੰਦ ਲੈਂਦੇ ਨੇ, ਚਲੋ ਫਿਰਦੇ ਤੁਰਦੇ ਵਿਚਾਰਾ ਕਰਦੇ ਨੇ। ਆਖਰ ਅਤੀ ਸਾਰ ਲੱਗ ਗਿਆ, ਬਿਮਾਰ ਹੋ ਗਿਆ, ਬੁਖਾਰ ਚੜ ਗਿਆ, ਉਹ ਸਰੀਰ ਖਿਸ਼ ਹੋ ਗਿਆ, ਮੰਜੀ ਤੇ ਲੰਮੇ ਪੈ ਗਏ, ਰਿਸ਼ਤੇਦਾਰ ਕੋਈ ਵੀ ਨਹੀਂ, ਪਰ ਬਸਤਾ ਟੁੱਟੀ ਚੌਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇਸ ਦਾ ਰੂਪ ਦੀਨ ਵਿੱਚ ਸਾਖ ਨਾ ਸਿੰਨਾ। ਰਾਜਾ ਸਗਲੀ ਸਿਰ ਚਕਾ ਹਰੀ ਨਾਮ ਮਨ, ਜਿਹਦਾ ਕੋਈ ਵੀ ਨਾ ਹੋਏ ਉਹਦਾ ਭਗਵਾਨ, ਹੁਣ ਉਹਦਾ ਉੱਥੇ ਕੋਈ ਸੇਵਕ ਨਹੀਂ, ਹੁਣ ਭਗਵਾਨ ਆਪ ਆਪ ਉਹਦੀ ਸੇਵਾ ਕਰਦਾ। ਰੋਜ਼ ਉਹਦੇ ਵਸਤਰ ਬਦਲ ਜਾਂਦੇ ਨੇ, ਇਸ਼ਨਾਨ ਕਰਾ ਜਾਂਦੇ ਨੇ, ਬੜੇ ਪ੍ਰੇਮ ਨਾਲ ਉਹਨਾਂ ਦੀ ਸਮਝੋ ਚਾਬੀ ਕਰਦੇ, ਬੜਾ ਕੁਝ ਕਰਦੇ ਨੇ। ਇਹਨਾਂ ਸੋਚਦਾ ਸੋਚਦਾ ਤੂੰ ਕਿਹੜਾ ਮੇਰਾ ਏਡਾ ਸੱਜਣ ਚੰਗਾ, ਜਿਹੜਾ ਰੋਜ਼ ਮੇਰੀ ਸੇਵਾ ਕਰ ਜਾਂਦਾ, ਮੈਂ ਵੇਖਾਂ ਤੇ ਸਹੀ ਕੌਣ ਹੈ। ਆਖਰ
ਤਿਆਰ ਹੋ ਗਿਆ ਵੀ ਅੱਜ ਮੈਂ ਉਹਨੂੰ ਫੜਦਾ ਜਿਹੜਾ ਆਇਆ। ਜਦੋਂ ਐਡਾ ਜਿਹੜਾ ਹੁੰਦਾ ਨਾ ਸੱਚੀ ਦੀ ਸੁਰਤੀ ਬੜਾ ਕੰਮ ਕਰਦੀ ਹੈ। ਕੁਝ ਦੇਖਾਂ ਤੇ ਹੁੰਦੀਆਂ ਪਰ ਪਤਾ ਚੱਲਿਆ ਜੋ ਕੁਝ ਕੰਮ ਕੀਤੀ। ਉਹ ਜਦੋਂ ਇੰਦਰਾ ਤਿਆਰ ਹੋ ਗਿਆ ਵੀ ਆ ਜਾਏਗਾ ਤੇ ਮੈਨੂੰ ਜੱਫਾ ਮਾਰਿਆ ਤੇ ਅੰਨੇ ਦਾ ਜੱਫਾ ਬੁਰਾ ਤੇ ਰੋਈ ਦਾ ਖੜਪਾ ਬੁਰਾ। ਜਦੋਂ ਭਗਵਾਨ ਆਏ ਨਾ ਤੇ ਜਦੋਂ ਉਹਨੇ ਵੇਖਿਆ ਵੀ ਮੇਰਾ ਪੁੱਤਰ ਸ਼ਮ ਡਾਇਆ ਨੇ ਇੰਦਰਾ ਹੱਥ ਦੀ ਸਰਰੀ ਹੋਈ ਨਾ ਜਦੋਂ ਝੱਟ ਆ ਉਸਨੇ ਦਾ ਜੱਫਾ ਮਾਰ। ਜਦੋਂ ਜੱਫਾ ਮਾਰ ਗਿਆ ਤੇ ਭਗਵਾਨ ਵੀ ਤਗੜਾ ਤੇ ਸੂਰਦਾਸ ਵੀ ਮਾੜਾ ਉਹਨੇ ਛੱਡ ਕੇ ਉਹਨੂੰ ਭਰਾ ਸੁਣ ਕੇ ਤੇ ਭਗਵਾਨ ਭਰਾ ਹੋ ਗਿਆ। ਆਦਾ ਉੱਡ ਜਾ ਜਿੱਧਰ ਮਰਜ਼ੀ ਆ ਹੱਥ ਕੰਮ ਰੋੜ ਤੋੜ ਨਸ ਗਹਿਣੇ ਨੰਦ ਲਾਲ ਨੈਣ ਜਲ ਪਰੇ ਤਬ ਬੋਲੇ ਸੂਰਦਾਸ ਜੀ ਮੋਹੇ ਦਿਰ ਬਲ ਜਾਣ ਹੱਥ ਕੋ ਛਡਾਏ ਭਾਗੇ ਕਿੱਤੂ ਇੱਕ ਸਾਜੀ ਸੁਣੋ ਲਖਮੀ ਨਿਵਾਸ ਜੀ ਮਨ ਬੀਜ ਪਕੜੇ ਹੋ ਜਕੜੇ ਭਲੀ ਪ੍ਰਕਾਰ ਕੈਸੇ ਨਸ ਜਾਵੋ ਬਲ ਕੌਣ ਕੋ ਬਲਾਸ ਜੀ ਪ੍ਰੇਮ ਪਾਤ ਸੁਣ ਪ੍ਰਭੂ ਲਪਟੇ ਕਲਈਏ ਸੰਗ ਪਰਮ ਆਨੰਦ ਪਾਇਆ ਮਿਲ ਸੂਰਦਾਸ ਜੀ ਕਰਕੇ ਰੋਡ ਜਾ ਜਿੱਥੇ ਬੱਚਿਆਂ ਨੂੰ ਪਤਾ ਲੱਗਿਆ ਤੁਹਾਨੂੰ ਤੇਰੇ ਭਗਵਾਨ ਮਾੜਾ ਮੈਂ ਤੂੰ ਚੱਲਿਆ ਕਰ ਛਿਟਕਾਏ ਜਾਤ ਹੋਰ ਨਿਰਬਲ ਜਾਣ ਕੇ ਮੂੰਹ ਹੈ ਉਹ ਮੈਨੂੰ ਮਾੜਾ ਜਾਣ ਕੇ ਤੇ ਹੱਥ ਚ ਜਾ ਕੇ ਦੱਸ ਗਿਆ ਪਰ ਹਿਰਦੇ ਤੇ ਜਦ ਜਾਓਗੇ ਮਤ ਪਛਾਣਾ ਕੋ ਜਦੋਂ ਮੇਰੇ ਹਿਰਦੇ ਤੇ ਜਾਓਗੇ ਫੇਰ ਮੈਂ ਸਮਝਾ ਕਰ ਬੰਦੇ ਤੇ ਆਂਦਾ ਕੀ ਆ ਉਹ ਮਾਰੇ ਦਾ ਪਛਾਣਾ ਤੋ ਤਨੂੰ ਕੇ ਤੂੰ ਮਨ ਦੇ ਮੰਦਰ ਜੋ ਜਾਵੇ ਮਾਰਾ ਦਾ ਪਛਾਣਾ ਪ੍ਰਭ ਪਾਇਓ
ਅਕਾਲੀ ਆਏ ਤੇ ਕੁੜਮੀ ਨੀ ਮਾਰੋ ਉਹਦੇ ਵੀ ਭਗਵਾਨ ਹੈ ਸਾਰੀ ਸਮਗਰੀ ਕੋ ਆਤਰਾ ਕੱਟ ਕੱਟਦਾ ਉਹਨਾਂ ਵਿੱਚ ਵੀ ਗੁਰੂ ਰਾਮ ਸਿੰਘ ਵੇਖੋ ਉਹਨਾਂ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਵੇਖੋ ਉਹਨਾਂ ਵਿੱਚ ਵੀ ਆਪਣਾ ਆਪ ਵੇਖੋ ਪਿਆਰ ਕਰੋ ਤੁਹਾਡੇ ਪਿੱਛੇ ਹੈ ਨਾ ਕਰੋਗੇ ਤੇ ਭਗਵਾਨ ਦਾ ਆਰਾਧ ਤੁਹਾਡਾ ਉਹ ਰਾਜ ਦਾ ਸ੍ਰੀ ਅਕਾਲ।